ਇਹਨਾਂ ਸਾਰਿਆਂ ਨੇ ਬਾਈ ਜੀ ਜ਼ੋਰਦਾਰ ਤਾੜੀਆਂ ਦੇ। ਵਾਹ ਵਾਹ ਬਾਈ ਜੀ, ਪਹਿਲਾਂ ਹੀ ਘੁੰਮ ਕੇ ਇੱਧਰ ਨੂੰ ਦਰਸ਼ਨ ਕਰਾ ਦਿਓ ਜ਼ਰਾ ਬਾਈ। ਸਿੱਧੂ ਮੂਸੇਵਾਲੇ ਲਈ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਜ਼ਰਾ। ਗੁਲਾਬ ਸਿੱਧੂ ਇਹਨਾਂ ਨਾਂ ਹੀ ਬਹੁਤ ਪਿਆਰਾ ਹੈ। ਪੁੱਛੇ ਫੁੱਲਾਂ ਨੂੰ ਗੁਲਾਬ, ਪੁੱਛੇ ਰਾਵੀ ਨੂੰ ਚਨਾਬ, ਕਿੱਦਾਂ ਆਪ ਤੋਂ ਪੰਜਾਬ ਦੀਆਂ ਰਾਹਾਂ ਰੁੱਸ ਗਈਆਂ, ਕਿੱਦਾਂ ਨਰਸਰੀ ਸਕੂਲੋਂ ਊੜੇ ਐੜੇ ਮੁੱਕ ਗਿਆ, ਕਿੱਦਾਂ ਵਿਹੜਿਆਂ 'ਚ ਠੰਡੀਆਂ ਛਾਵਾਂ ਰੁੱਸ ਗਈਆਂ। ਉਹਨਾਂ ਛਾਵਾਂ ਨੂੰ, ਉਹਨਾਂ ਪੰਜਾਬੀ ਜ਼ੁਬਾਨ ਨੂੰ ਇਹਨਾਂ ਨੇ ਆਪਣੇ ਗੀਤਾਂ ਵਿੱਚ ਸੰਭਾਲਿਆ ਹੋਇਆ। ਤੁਹਾਡੇ ਰੂਬਰੂ ਇੱਕ ਵਾਰ ਤਾੜੀਆਂ ਵਜਾ ਕੇ ਜਰਾ ਸ਼ੋਰ ਪਾ ਕੇ ਦੱਸ ਦਿਓ, ਰੌਲਾ ਪਾ ਕੇ ਦੱਸ ਦਿਓ ਕਿੰਨਾ ਪਿਆਰ ਕਰਦੇ ਹੋ ਬਾਈ ਗੁਲਾਬ ਸਿੱਧੂ। ਬਹੁਤ ਬਹੁਤ ਸ਼ੁਕਰੀਆ ਜੀ। ਕਿੱਦਾਂ ਠੀਕ ਠਾਕ ਹੋ ਜੀ ਸਾਰੇ? ਇੱਕ ਤਾੜੀ ਤੁਸੀਂ ਆਪਣੇ ਨਾਂ ਦੀ ਮਾਰੋ ਸਾਰੇ ਜਾਣੇ। ਸਾਡੇ ਬਹੁਤ ਹੀ ਸੀਨੀਅਰ ਖਾਨ ਸਾਹਿਬ ਮਾਸਟਰ ਸਲੀਮ ਜੀ ਅਤੇ ਹਸਮਤ ਸੁਲਤਾਨਾ, ਬਹੁਤ ਹੀ ਅੱਛੇ ਆਰਟਿਸਟ, ਸੁਰੀਲੇ ਬੰਦੇ, ਅਤੇ ਸਾਡੇ ਮੈਮ ਬੈਠੇ ਆ। ਮੈਮ ਬਹੁਤ ਬਹੁਤ ਰਿਸਪੈਕਟ ਸੱਚੀ ਦਿਲ ਤੋਂ, ਅਤੇ ਵੱਡਾ ਬਾਈ ਬਾਈ ਬਹੁਤ ਬਹੁਤ ਰਿਸਪੈਕਟ ਸੱਚੀ ਦਿਲ ਤੋਂ। ਹੋਰ ਠੀਕ ਠਾਕ ਹੋ ਸਾਰੇ ਜੀ? ਇੱਕ ਤਾੜੀ ਮੇਰੇ ਭਰਾ ਸਿੱਧੂ ਮੂਸੇਵਾਲੇ ਦੇ ਨਾਂ ਦੀ ਮਾਰੋ ਸਰ। ਥੈਂਕ ਯੂ ਜੀ, ਬਹੁਤ ਬਹੁਤ ਥੈਂਕ ਯੂ। ਤੁਸੀਂ ਕੋਈ ਵੀ ਸੋਸ਼ਲ ਮੀਡੀਆ ਐਪ ਚਲਾਉਂਦੇ ਹੋ, ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖ ਕੇ ਜ਼ਰੂਰ ਪਾਇਆ ਕਰੋ। ਜਿਹੜਾ ਜਿਹੜਾ ਪਾਊਗਾ ਫਿਰ ਹੱਥ ਤਾਂ ਕਰਕੇ ਤਾੜੀ ਮਾਰੋ। ਬਹੁਤ ਬਹੁਤ ਸ਼ੁਕਰੀਆ। ਆਓ ਤੇਰੇ ਬੇਂਦਿਆਂ ਬੇਂਦਿਆਂ ਦੌਰ ਬਦਲਤਾ ਗੱਭਰੂ ਨੇ, ਆ ਫਾਇਦਾ ਨਹੀਂ ਕੋਈ ਵਕਤ ਬੋਲ ਕੇ ਗਾਣੇ ਦਾ, ਆ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ, ਹੰਕਾਰ ਨਹੀਂ ਹੈ ਰੁਤਬਾ ਮੂਸੇ ਆਣੇ ਦਾ, ਸਿੱਧੂ ਆਏ ਹੈ ਲੋਕ ਜੇ ਕਾ ਤੋਂ ਭੁੱਲ ਜਾਂਦੇ, ਕਦੋਂ ਸ਼ੇਰਾਂ ਛੱਡੇ ਸ਼ਿਕਾਰ ਹਿਰਨ ਦੀਆਂ ਰੋਕਾਂ ਤੇ, ਕੁਝ ਕੁ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ। ਥੈਂਕ ਯੂ ਮੇਰੀ ਮਾਂ, ਥੈਂਕ ਯੂ, ਰੱਬ ਤੁਹਾਨੂੰ ਰਾਜ਼ੀ ਰੱਖੇ। ਆਹ ਦਬ ਗਿਆ ਜੱਟ ਵਹਿਮ ਪਾਲ ਲਿਆ ਲੋਕਾਂ ਨੇ, ਥੈਂਕ ਯੂ ਜੀ। ਕਿਹੜਾ ਗਾਣਾ ਗਾਵਾਂ ਦੱਸੋ ਬਾਈ? ਬਾਬਾ ਭਲੀ ਕਰੂਗਾ ਕਾਹਦੀਏ, ਦਾਤਿਆਂ ਦੇ ਦਰਬਾਰ ਤੇ ਆਏ ਹਾਂ ਦਾਤੇ। ਵਾਹਿਗੁਰੂ ਪਰਮਾਤਮਾ, ਤੁਸੀਂ ਕੋਈ ਵੀ ਨਾਂ ਦੇ ਦਿਓ, ਰੱਬ ਨੂੰ ਪਰਮਾਤਮਾ ਕਹਿ ਲਓ, ਵਾਹਿਗੁਰੂ ਕਹਿ ਲਓ, ਹਲੇ ਲੂਈਆ ਕਹਿ ਲਓ। ਸੋ ਪਰਮਾਤਮਾ ਦੀ ਮੈਂ ਗੱਲ ਕਰਨ ਲੱਗਿਆ ਵੀ ਇੱਕ ਫੱਕਰ ਜਿਹਾ ਬੰਦਾ ਕਹਿੰਦਾ ਵੀ ਜੋ ਮਰਜ਼ੀ ਹੋ ਜਾਵੇ ਬਾਬਾ ਭਲੀ ਕਰੂਗਾ। ਆਹ ਤੁਰਦੇ ਹਾਥੀ ਨੂੰ ਦੇਖ ਭੌਂਕਦੇ ਹੀ ਹੁੰਦੇ ਕੁੱਤੇ, ਮਿੱਤਰਾਂ ਨੇ ਕੀਤੀ ਪਰਵਾਹ ਨਹੀਂ। ਥੈਂਕ ਯੂ ਭੂਆ, ਮੁੰਡਾ ਤੁਹਾਡਾ ਉੱਥੇ ਹੀ ਬੈਠਾ, ਜਮਾਂ ਨਹੀਂ ਹਿੱਲਣ ਦਿੰਦੇ, ਅਸੀਂ ਹਿੱਲ ਗਏ, ਤੈਨੂੰ ਕਿਹਾ ਸੀ ਨਾ। ਇਹ ਭੂਆ ਵਿਚਾਰੀ, ਸਾਡੇ ਕੋਲੇ ਬੱਚਾ ਬੈਠਾ ਸੀ ਕਮਰੇ 'ਚ, ਸਾਨੂੰ ਭੂਆ ਕਹਿੰਦੀ ਕਹਿੰਦੀ ਭਾਈ ਸਾਡੇ ਮੁੰਡੇ ਨੂੰ ਬਾਹਰੇ ਨਾ ਕੱਢ ਦਿਓ ਕੋਈ। ਮੈਂ ਕਿਹਾ ਭੂਆ ਅਸੀਂ ਆਪ ਹਿੱਲ ਜਾਵਾਂਗੇ, ਤੇਰਾ ਮੁੰਡਾ ਬਾਹਰੇ ਨਹੀਂ ਜਾਂਦਾ। ਲੈ ਭੂਆ ਇੱਥੇ ਜੇ ਆ ਗਿਆ
ਇੱਥੇ ਜੇ ਫਿਰਦਾ ਬੱਚੀ ਉਹ ਵੀ ਕਹਿੰਦਾ ਮੈਂ ਵੱਡਾ ਹੋ ਕੇ ਸਿੰਗਰ ਬਣਨਾ। ਰੋਕਿਓ ਜੀ, ਹਾਂਜੀ ਖਾਨ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵੱਡੇ ਬਾਈ, ਬਹੁਤ ਬਹੁਤ ਸ਼ੁਕਰੀਆ। ਇਹ ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ ਆ ਵੀ ਇੰਨੇ ਸੁਰੀਲੇ। ਉਹ ਦੇਖਿਓ ਦੇਖਿਓ ਬਾਈ, ਦੇਖਿਓ ਦੇਖਿਓ ਯਾਰ, ਡਾਰਲਿੰਗ ਸੱਟ ਨਾ ਖਾ ਲਿਓ ਮੇਰਾ ਭਰਾ, ਲਵ ਯੂ ਡਾਰਲਿੰਗ, ਸੱਟ ਨਾ ਖਾ ਲਈ ਮੇਰਾ ਭਰਾ। ਆਓ ਤੁਰਦੇ ਹਾਥੀ ਨੂੰ ਦੇਖ, ਭੌਂਕਦੇ ਹੀ ਹੁੰਦੇ ਕੁੱਤੇ, ਮਿੱਤਰਾਂ ਨੇ ਕੀਤੀ ਪਰਵਾਹ ਨੀ। ਆਓ ਇੱਕ ਛੱਡਿਆ ਨੀ ਜਾਣਾ ਸਾਥੋਂ ਮਾਲੇ ਰਕਾਨੇ, ਦੂਜੀ ਛੱਡ ਨਹੀਂ ਹੋਣੀ ਤੇਰੀ ਬਾਣੀ। ਹੋਈ ਉੱਠ ਤੜਕੇ ਭੋਰਾ, ਮਾੜਾ ਜਿਹਾ ਮਾਰੋ ਡੱਗਾ ਉਸਤਾਦ ਜੀ, ਉੱਠ ਤੜਕੇ ਭੋਰਾ ਖਾ ਲਈਦੀ, ਚਾਹ ਨਾ ਸੁਸਤੀ ਲਾ ਲਈਦੀ, ਕਿਹੜਾ ਬਰੀ ਕਰੂਗਾ ਤੇਰਾ ਜੱਟ ਮਰਜੀ ਦਾ ਮਾਲਕ ਨੀ, ਨਾ ਕੋਈ ਚੇਲਾ ਨਾ ਕੋਈ ਬਾਲਕ ਨੀ, ਬਾਬਾ ਭਲੀ ਕਰੂਗਾ ਤੇਰਾ ਜੱਟ ਮਰਜੀ ਦਾ ਮਾਲਕ ਨੀ, ਨਾ ਕੋਈ ਚੇਲਾ ਨਾ ਕੋਈ ਬਾਲਕ ਨੀ, ਬਾਬਾ ਭਲੀ ਕਰੂਗਾ। ਬਸ ਦਈ ਜਾਂਦਾ ਰੱਬ ਹੋਰ ਕਰਨੇ ਕੀ ਯਾਰਾਂ ਨੇ ਪੌਣਨੀ, ਗਿੱਟਿਆਂ ਚ ਸੰਗਲ ਨਾ ਸਿਰ ਤੇ ਕਰਜ, ਸਾਨੂੰ ਕਰੂ ਦੱਸ ਕਿਹੜਾ ਬਿੱਲੋ ਪੌਣਨੀ। ਆਓ ਖਾਣ ਪੀਣ ਜੋਗੇ ਬਸ ਦਈ ਜਾਂਦਾ ਰੱਬ ਹੋਰ ਕਰਨੇ ਕੀ ਯਾਰਾਂ ਨੇ ਪੌਣਨੀ, ਗਿੱਟਿਆਂ ਚ ਸੰਗਲ ਨਾ ਸਿਰ ਤੇ ਕਰਜ, ਸਾਨੂੰ ਕਰੂ ਦੱਸ ਕਿਹੜਾ ਬਿੱਲੋ ਪੌਣਨੀ। ਮੰਗਵਾਲ ਕੁੜੇ ਮੁੰਡਾ ਰਹਿੰਦਾ ਜੀ ਦੇ ਨਾਲ, ਕੁੜੇ ਕੀਸ ਸਹੀ ਕਰੂਗਾ ਤੇਰਾ ਜੱਟ ਮਰਜੀ ਦਾ ਮਾਲਕ ਨੀ, ਨਾ ਕੋਈ ਚੇਲਾ ਨਾ ਕੋਈ ਬਾਲਕ ਨੀ, ਬਾਬਾ ਭਲੀ ਕਰੂਗਾ ਤੇਰਾ ਜੱਟ ਮਰਜੀ ਦਾ ਮਾਲਕ ਨੀ, ਨਾ ਕੋਈ ਚੇਲਾ ਨਾ ਕੋਈ ਬਾਲਕ ਨੀ, ਬਾਬਾ ਭਲੀ ਕਰੂਗਾ। ਸਾਡੀਆਂ ਨੀ ਬਲੈਕ ਲਿਸਟਡ ਕਾਰਾਂ ਨੇ, ਅਸੀਂ ਅੰਡਰਗਰਾਊਂਡ ਬੰਦੇ ਉੱਪਰ ਤੱਕ ਮਾਰਾਂ ਨਾ। ਸਾਡੇ ਵਾਂਗੂ ਸਾਡੀਆਂ ਨੀ ਬਲੈਕ ਲਿਸਟਡ ਕਾਰਾਂ ਨੇ, ਅਸੀਂ ਅੰਡਰਗਰਾਊਂਡ ਬੰਦੇ ਉੱਪਰ ਤੱਕ ਮਾਰਾਂ ਨੇ, ਅਸੀਂ ਅੱਜ ਦੇ ਰਾਜੇ ਹਾਂ, ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕੱਲ ਦਾ, ਡਾਲਰਾਂ ਵਾਂਗੂ ਨਹੀਂ।
ਸਾਡੇ ਕੱਠ ਐਵੇਂ ਹੁੰਦੇ ਜਿਉਂ ਚੜ੍ਹਦੀਆਂ ਜੰਨਾਂ ਨੇ ਸਾਡੇ ਘਰ ਤਾਂ ਛੋਟੇ ਨੇ ਕੋਲੇ ਮਹਿੰਗੀਆਂ ਕੰਨਾਂ ਦਾ ਸਾਡੇ ਕੱਠ ਐਵੇਂ ਹੁੰਦੇ ਜਿਉਂ ਚੜ੍ਹਦੀਆਂ ਜੰਨਾਂ ਨੇ ਸਾਡੇ ਘਰ ਤਾਂ ਛੋਟੇ ਨੇ ਕੋਲੇ ਮਹਿੰਗੀਆਂ ਕੰਨਾਂ ਨੇ ਤਾਂ ਹੀ ਤਾਂ ਮਹਿਲਾਂ ਤਾਈਂ ਤਾਂ ਹੀ ਤਾਂ ਮਹਿਲਾਂ ਤਾਈਂ ਹੈ ਖੌਫ ਸਾਡਾ ਪਲਦਾ ਡਾਲਰਾਂ ਵਾਂਗੂ ਨੀ
ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਉੱਦਾਂ ਮੈਨੂੰ ਥੋੜ੍ਹਾ ਜਿਹਾ ਗਾਉਣਾ ਔਖਾ ਲੱਗਦਾ ਕਿਉਂਕਿ ਬੰਦੇ ਬਾਹਲੇ ਸਰੀਲੇ ਬੈਠੇ ਆ ਮੂਹਰੇ, ਪਰ ਜਿਹੋ ਜਿਹਾ ਵੀ ਤਿਲ ਫੁੱਲ ਆਪਦੇ ਚਰਨਾਂ ਦੀ ਧੂੜ ਸਮਝ ਕੇ ਕਬੂਲ ਕਰ ਲਿਓ ਸਾਰੇ ਜਾਣੇ। ਸਾਡਾ ਗਾਣਾ ਆਇਆ ਸੀ ਯਾਦਗਾਰ ਲਈ, ਸਾਂਭ ਕੇ ਰੱਖ ਲਾ ਫੋਟੋ ਦੋਨਾਂ ਦੀ, ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ। ਤੁਹਾਡਾ ਚਾਹੁਣ ਵਾਲਾ ਤੁਹਾਡਾ ਕੋਈ ਵੀਰ ਭਰਾ ਜਿਵੇਂ ਸਾਡਾ ਭਰਾ ਸਿੱਧੂ ਮੂਸੇ ਵਾਲਾ ਇਸ ਦੁਨੀਆਂ ਤੋਂ ਚੱਲ ਗਿਆ, ਜਦੋਂ ਕੋਈ ਇਨਸਾਨ ਤੁਹਾਡੇ ਚਾਹੁਣ ਵਾਲਾ, ਹਾਂ ਬਾਈ ਬਾਈ ਮੇਰੀ ਜਾਨ ਮੈਂ ਸਾਰੇ ਗਾ ਕੇ ਜਾਊਂ ਡਾਰਲਿੰਗ, ਜਦੋਂ ਤੁਹਾਡਾ ਕੋਈ ਚਾਹੁਣ ਵਾਲਾ ਇਹ ਦੁਨੀਆਂ ਤੋਂ ਚੱਲ ਜਾਂਦਾ ਤਾਂ ਉਹਦੀਆਂ ਯਾਦਾਂ ਰਹਿ ਜਾਂਦੀਆਂ। ਯਾਦਾਂ ਵੀ ਹੁਣ ਟੈਕਨੋਲੋਜੀ ਵੱਧ ਗਈ, ਕੈਮਰੇ ਵਾਲੀਆਂ ਫੋਟੋਆਂ ਹੀ ਰਹਿ ਗਈਆਂ, ਉੱਦਾਂ ਯਾਦਾਂ ਖਤਮ ਨੇ। ਬਹੁਤ ਬਹੁਤ ਥੈਂਕ ਯੂ ਡਾਰਲਿੰਗ। ਉਹ ਜ਼ਿਆਦਾ ਸੋਹਾ ਖਾਵਣ ਵਾਲੇ ਮੁੱਕਰ ਜਾਂਦੇ ਨੇ, ਮੇਕਅਪ ਵਾਂਗੂ ਦਿਲ ਤੋਂ ਸੱਜਣੇ ਉਤਰ ਜਾਂਦੇ ਨੇ, ਹੋਏ ਅੱਖ ਕਲੈਵਰ ਮਿੱਤਰਾਓਏ ਚੇਤੇ ਨਹੀਂ ਰੱਖਦੀ ਜਿਹੜੇ ਦਿਲ ਤੋਂ ਚਾਹੁੰਦੇ ਕਦੇ ਭੁਲਾਉਂਦੇ ਨਹੀਂ ਹੁੰਦੇ, ਯਾਦਗਾਰ ਲਈ ਸਾਂਭ ਕੇ ਰੱਖ ਲੈ ਫੋਟੋ ਦੋਨਾਂ ਦੀ, ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ, ਉਹ ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ। ਲੈ ਵੀ ਅਗਲਾ ਟੱਪਾ ਸੁਣਨ ਵਾਲਾ, ਲੈ ਬਾਈ ਤੁਸੀਂ ਤਾਂ ਮਾਰੋ ਮਾੜੀ ਜੀ ਕੂਕ, ਤੁਸੀਂ ਢਿੱਲੇ ਹੋ। ਲਵ ਯੂ ਮੇਰੀ ਜਾਨ, ਲਵ ਯੂ। ਹੋ ਗਲ ਘੁੱਟਣ ਤੱਕ ਆਉਂਦਾ ਏ ਕੋਈ ਗਲ ਦੀ ਗਾਨੀ ਚੋਂ, ਰੀਲਾਂ ਪਾਉਂਦੇ ਸੱਜਣ ਓਏ ਜਦ ਕਰ ਬੇਗਾਨੀ ਚੋਂ, ਹੋ ਟਾਕੀ ਖੋਲ ਕੇ ਆਉਂਦੇ ਤੇ ਸਨ ਰੂਪ ਚੋਂ ਉੱਡ ਜਾਂਦੇ, ਬਾਲੇ ਕਾਲੇ ਸੀਟ ਬੈਲਟ ਕਦੇ ਲਾਉਂਦੇ ਨਹੀਂ ਹੁੰਦੇ, ਯਾਦਗਾਰ ਲਈ ਸਾਂਭ ਕੇ ਰੱਖ ਲੈ ਫੋਟੋ ਦੋਨਾਂ ਦੀ, ਵਕਤ ਬੀਤੇ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ, ਹੋ ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ। ਹੈਪਨ ਤੋਂ ਪਹਿਲਾਂ ਲੋੜ ਬੈਪਨ ਰੱਖੇ, ਤਾਂ ਹੀ ਉਹ ਕੱਟ ਦਿਆ ਬੈਰੀ ਦਿਨ ਡਰ ਡਰ ਕੇ, ਉਹਨਾਂ ਦੇ ਡਰੀਮਾਂ ਵਿੱਚ ਆਉਣ ਜਾਣ ਪੂਰਾ, ਆ ਡਿਪਰੈਸ਼ਨ ਚ ਗਏ ਕਈ ਸਾਡੇ ਕਰਕੇ, ਉਹ ਗੱਲਾਂ 100% ਸੱਚ ਨੇ, ਜੋ ਵੀ ਸਾਡੇ ਬਾਰੇ ਸੁਣੀਆਂ
ਆਹ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਹੈਪਨ ਤੋਂ ਪਹਿਲਾਂ ਲਾਹੌੜ ਪੈਪਨ ਰੱਖੇ ਤਾਂ ਹੀ ਉਹ ਕੱਟ ਦਿਆ ਪੈਰੀ ਦਿਨ ਡਰ ਡਰ ਕੇ ਸਨਮਾਨ ਮਿਲਣਾ ਬਹੁਤ ਵੱਡੀ ਗੱਲ ਮੇਰੇ ਲਈ ਸੱਚੀ, ਤੇ ਇਹ ਪੈਸੇ ਮੈਂ ਖਰਚਦਾ ਨਹੀਂ ਵੱਡੇ ਬਾਈ, ਇਸ ਤੇ ਹੀ ਪੈ ਰਹਿਣੇ ਸੱਚੀ। ਰਹਿੰਦੀ ਦੁਨੀਆ ਤੇ ਨਾਮ ਰਹੂਗਾ, ਜੋੜ ਕੋਈ ਨਾ ਬੰਦੇ ਖਾਣੀ ਨੂੰ ਖੁਰਾਕ ਦਈਏ ਟਾਈਮ
ਮੈਂ ਤਾਂ ਜਾਮਾ ਜਿੱਥੇ ਮੇਲੇ ਦਾ ਮਾਹੌਲ ਬਣ ਜੇ, ਖੜਾ ਜਿੱਥੇ ਬੈਲੀ ਦੀ ਪਰੌਲ ਬਣ ਜੇ, ਆਹ ਕਦੇ ਬਣੇ ਬਾਪੂ ਵਾਲੀ ਪੱਗ ਨਾ ਕਰੋ, ਕਦੇ ਮੁੰਡਾ ਬੇਬੇ ਵਾਲਾ ਸ਼ੌਲ ਬਣ ਜੇ, ਘੁੰਮਦੀ ਟਰਾਂਟੋ ਪਾ ਕੇ ਤਿੰਨ ਚ ਹੀਲ, ਪਰ ਮੇਰੇ ਗਲ ਵਿੱਚ ਬਾਹਾਂ ਪਾਉਣ ਜੋਗੀ ਹੋਈ, ਅੱਲੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲੈ, ਅੱਖ ਨਾਲੇ ਅੱਖ ਤੂੰ ਮਿਲਾਉਣ ਜੋਗੀ ਹੋਈ ਹੋਈ ਨਹੀਂ। ਆ ਜਾਓ ਜੀ। ਹੋ ਮੈਂ ਤਾਂ ਜਾਵਾਂ ਜਿੱਥੇ ਮੇਲੇ ਦਾ ਮਾਹੌਲ ਬਣ ਜੇ, ਖੜਾ ਜਿੱਥੇ ਬੈਲੀ ਦੀ ਪਰੌਲ ਬਣ ਜੇ, ਕਦੇ ਬਣੇ ਬਾਪੂ ਵਾਲੀ ਪੱਗ ਨਾ ਕਰੋ, ਕਦੇ ਮੁੰਡਾ ਬੇਬੇ ਵਾਲਾ ਸ਼ਾਲ ਬਣੇ, ਮੈਂ ਤਾਂ ਜਾਵਾਂ ਜਿੱਥੇ ਮੇਲੇ ਦਾ ਮਾਹੌਲ ਬਣ ਜੇ, ਖੜਾ ਜਿੱਥੇ ਬੈਲੀ ਦੀ ਪਰੌਲ ਬਣ ਜੇ, ਕਦੇ ਬਣੇ ਬਾਪੂ ਵਾਲੀ ਪੱਗ ਨਾ ਕਰੋ। ਖਾਨ ਸਾਹਿਬ ਸਾਡਾ ਵੱਡਾ ਭਰਾ ਬਾਈ ਦਾ ਫੇਵਰੇਟ ਗਾਣਾ, ਬਹੁਤ ਬਹੁਤ ਥੈਂਕ ਯੂ ਖਾਨ ਸਾਹਿਬ। ਘੁੰਮਦੀ ਟਰਾਂਟੋ ਪਾ ਕੇ ਤਿੰਨ ਚ ਹੀਲ, ਪਰ ਮੇਰੇ ਗਲ ਵਿੱਚ ਬਾਹਾਂ ਪਾਉਣ ਜੋਗੀ ਹੋਈ ਨਹੀਂ, ਲੋਟੇ ਗੁੱਟ ਤੇ ਲਖਾਉਣ ਜੋਗੀ ਹੋਈ ਨਹੀਂ, ਅੱਲੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲੈ,
ਨਾਲ ਅੱਖ ਤੂੰ ਮਲਾਉਣ ਜੋਗੀ ਹੋਈ ਵਧੀਆ ਲੱਗਿਆ ਵੀਰੇ ਬਾਪੂ ਜਿਉਂਦਾ ਰਹਿ ਤੈਨੂੰ ਮੇਰੀ ਉਮਰ ਲਾ ਦੇ ਬਾਬਾ ਲੈ ਵੀ ਬਾਪੂ ਨੂੰ ਮਾੜਾ ਜਿਹਾ ਸਟੇਜ ਤੇ ਭੇਜੋ ਯਾਰ ਬਾਈ ਬਣੇ ਤੁਸੀਂ ਯੰਗ ਮੁੰਡੇ ਹੋ ਬਾਪੂ ਆ ਜਾ ਸਟੇਜ ਤੇ ਲੈ ਵੀ ਅੱਛਾ ਆਰਮੀ ਚ ਸੀਗੇ ਪਹਿਲਾਂ ਠੀਕ ਹੈ ਜੀ ਪਹਿਲਾਂ ਹੀ ਦੇਸ਼ ਦੀ ਸੇਵਾ ਕੀਤੀ ਹੈ ਚਾਦਰੇ ਚਾਦਰੇ ਵੀ ਗਾਉਣਾ ਲੈ ਬਾਪੂ ਤੈਨੂੰ ਸਲੂਟ ਆ ਲੈ ਫਿਰ ਇੱਥੋਂ ਹੀ ਚੱਕ ਚੱਕ 1 2 3 ਥੈਂਕ ਯੂ ਜੀ ਜਿਉਂਦੇ ਰਹੋ ਉਹ ਛੱਲਾ ਮੇਰਾ ਦੀਵੇ ਅਬੇ ਕੋਈ ਖੂਹਾਂ ਦਾ ਪਾਣੀ ਏ ਹੋ ਤੇਰੇ ਉੱਤੋਂ ਵਾਰ ਦਈਏ ਬਾਪੂ ਜਿੰਦਿਓਂ ਵੀ ਤਾਂ ਜਾਣੀਏ ਆ ਜਾਓ ਲੈ ਬਾਈ ਤੁਸੀਂ ਪਹਿਲਾਂ ਤਾਂ ਮਜੀਸ਼ਨਾਂ ਲਈ ਤਾੜੀ ਮਾਰੋ ਇਹਨਾਂ ਬਿਨਾਂ ਬੰਦਾ ਕੱਖ ਦਾ ਵੀ ਨਹੀਂ ਇਹਨਾਂ ਸਾਰਿਆਂ ਲਈ ਤਾੜੀ ਮਾਰੋ ਸਾਡੇ ਵਰਗੇ ਬਹੁਤ ਕਲਾਕਾਰਾਂ ਦੀ ਫੂਕ ਕੱਢ ਦਿੰਦੇ ਆ ਸਟੇਜ ਤੇ ਸੋ ਇਹਨਾਂ ਦੀ ਰਿਸਪੈਕਟ ਹੈ ਕਿਉਂਕਿ ਇਹ ਸਾਡਾ ਪਰਿਵਾਰ ਆ ਇਹਨਾਂ ਬਿਨਾਂ ਕੱਖ ਦੇ ਵੀ ਹੈ ਨਹੀਂ ਅਸੀਂ ਇਹਨਾਂ ਕਰਕੇ ਸਾਡੀ ਰੋਟੀ ਚੱਲਦੀ ਹੈ ਬਾਂਸਰਾਂ ਕਰਕੇ ਸਾਡੀ ਰੋਟੀ ਚੱਲਦੀ ਹੈ ਤੁਹਾਡੇ ਸਾਰਿਆਂ ਕਰਕੇ ਸਾਡੀ ਰੋਟੀ ਚੱਲਦੀ ਹੈ ਦੂਜੀ ਗੱਲ ਤੁਹਾਨੂੰ ਮੈਂ ਹੋਰ ਕਹਿਣਾ ਕਿਸੇ ਕਲਾਕਾਰ ਪਿੱਛੇ ਨਾ ਭੱਜਿਆ ਕਰੋ ਫੋਟੋ ਫੋਟੋ ਕਰਾਉਣ ਕਲਾਕਾਰ ਕੋਈ ਦੋ ਵਾਰ ਜੰਮਿਆ ਤੁਹਾਡੇ ਵਰਗਾ ਹੀ ਬੰਦਾ ਉਹ ਆ ਐਵੇਂ ਨਾ ਕਿਸੇ ਕਲਾਕਾਰ ਪਿੱਛੇ ਭੱਜਿਆ ਕਰੋ ਫੋਟੋ ਫੋਟੋ ਕਰਾਉਣ ਤੁਹਾਡੇ ਵਰਗੇ ਹੀ ਆ ਸਾਰੇ ਹਾਂ ਜਦੋਂ ਤੁਸੀਂ ਕਿਸੇ ਕਲਾਕਾਰ ਨਾਲ ਫੋਟੋ ਕਰਾਉਣ ਜਾਂਦੇ ਹੋ ਨਾ ਇੱਕ ਵਾਰ ਕਲਾਕਾਰ ਦੇ ਕੋਲੇ ਜਾ ਕੇ ਐਂ ਸੋਚ ਲਿਆ ਕਰੋ ਵੀ ਯਾਰ ਮੈਨੂੰ ਮੇਰੇ ਮਾਂ ਪਿਓ ਨੇ ਬਹੁਤ ਘੈਂਟ ਜੰਮਿਆ ਆਪਾਂ ਕੀ ਲੈਣਾ ਠੀਕ ਆ ਜਿਹੜਾ ਤੁਹਾਨੂੰ ਇੱਜ਼ਤ ਦਿੰਦਾ ਉਹਨੂੰ ਇੱਜ਼ਤ ਦਿਓ ਜਿਹੜਾ ਨਹੀਂ ਦਿੰਦਾ ਲੰਘ ਜਾ ਹੌਲੇ ਹੌਲੇ ਕਵੀ ਆ ਜਾ ਉਹ ਛੱਲਾ ਮੇਰਾ ਜੀਵੇ ਟੋਲਾ ਮੇ ਕੋਈ ਖੂਹਾਂ ਦਾ ਪਾਣੀ ਏ
ਮੈਂ ਫੇਰ ਗਾਉਣਾ, ਮੈਨੂੰ 5 ਕੁ ਮਿੰਟ ਦਿਓ। ਇੱਕ ਨਾ ਮੇਰਾ ਭਰਾ ਆਇਆ ਮੇਰੇ ਨਾਲ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਦੋ ਗਾਣੇ ਆ ਜਾ ਗੁਰਮਨ ਇਹਦੇ ਨਾਂ ਤੇ ਤਾੜੀ ਮਾਰੋ ਸਾਰੇ ਜਾਣੇ। ਇਹ ਆਇਆ ਮੇਰਾ ਭਰਾ ਮੇਰੇ ਨਾਲ, ਪਰ ਜੇ ਮੈਂ ਇਕੱਲਾ ਹੀ ਗਾ ਕੇ ਮੁੜ ਜਾ ਇਹਨੂੰ ਟਾਈਮ ਨਾ ਦੇਵਾਂ ਉਹ ਵੀ ਮਾੜੀ ਗੱਲ। ਪਤਾ ਕੀ ਆ, ਜਿਹੜਾ ਪਿੱਛੇ ਖੜਾ ਉਹਨੇ ਅੱਗੇ ਆਉਣਾ ਹੀ ਆਉਣਾ ਕਿ ਨਹੀਂ ਬਾਈ, ਤੇ ਜਿੱਦੇ ਉਹ ਅੱਗੇ ਆ ਗਿਆ ਫਿਰ ਜਿਹੜਾ ਪਹਿਲਾਂ ਮੂਹਰੇ ਖੜਾ ਹੁੰਦਾ ਉਹਨੂੰ ਨਹੀਂ ਪੁੱਛਦਾ ਫਿਰ। ਸੋ ਇੰਨਾ ਕੁ ਚੰਗਾ ਕਰਮ ਕਰ ਜੋ, ਤੁਹਾਨੂੰ ਬੁਢਾਪੇ ਵੇਲੇ ਤੁਹਾਡੇ ਕੰਮ ਆ ਜੇ। ਲੈ ਵੀ ਆ ਜਾ ਵੀਰੇ, ਉਹ ਸੁਣਾ ਦੀ ਮੇਰੀ ਜਾਨ। ਆਹੋ ਹਾਂ ਬਾਈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲੀ ਵਾਰੀ ਮੈਂ ਜਲੰਧਰ ਗਾਉਣ ਆਇਆ ਜੀ ਵੀਰੇ ਨੂੰ, ਤੇ ਵੀਰੇ ਦਾ ਬਹੁਤ ਬਹੁਤ ਧੰਨਵਾਦ ਆਪਣੇ ਛੋਟੇ ਭਰਾ ਨੂੰ ਇੱਥੇ ਗਵਾਉਣ ਲਈ। ਖਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਬਾਈ, ਦਰਬਾਰੀ ਤੋਂ ਆ ਜਾਓ ਜੀ। ਆਪਣਾ ਗਾਣਾ ਸੀਗਾ ਜੀ ਮੇਰਾ, ਜਾਂ ਗੰਗਾ ਜਲ ਵਿੱਚ ਨਹਾ ਕੇ ਵੀ ਤੇਰੇ ਪਾਪ ਨਹੀਂ ਉਤਰਨੇ, ਜਿਹੜੇ ਹਿਸਾਬ ਨਾਲ ਮਾਰ ਕੇ ਗਈਆਂ ਯਾਰ ਗਰੀਬਾਂ ਨੂੰ। ਸੁਣਿਆ ਜੀ, ਕਿਆ ਬਾਤ ਹੈ ਮਹਿਲਾ ਜੀ। ਉਹ ਵੀ ਮਹਿਸ਼ਕ ਦਾ ਪੱਟਿਆਂ ਦੇਖ ਨਾ ਸਕਿਆ ਮਾਚਿਸ ਹੱਥਾਂ ਚ, ਉਹ ਤੂੰ ਜਦ ਪਹਿਲੀ ਵਾਰ ਮਿਲੀ ਵਰਗੇ ਨੂੰ, ਮੈਂ ਸ਼ਰਦਾ ਦੇ ਵਿੱਚ ਡੁੱਬਿਆ ਹੋਇਆ ਆਸ਼ਿਕ ਸੀ ਤੇਰਾ, ਤੂੰ ਕਰਦੀ ਰਹੀ ਜਲੀਲ ਨੀ ਪਿਆਰ ਇਬਾਦਤ ਵਰਗੇ ਨੂੰ, ਚੱਲ ਪੈਸੇ ਦੇ ਨਾਲ ਵੇਚ ਖਰੀ ਬਾਈ ਜਵਾਬ ਆ ਰਿਹਾ ਜੀ ਫਿਰ ਤੁਰੀ ਅੱਗੇ। ਓ ਪਰ ਚੰਨ ਤੇ ਤਾਰੇ ਤੇਰੇ ਖੜੇ ਖਿਲਾਫ ਨੀ ਮੁਕਰਨੇ, ਨੀ ਜਿਹੜੇ ਸਾਬ ਨਾ ਮਾਰ ਕੇ ਗਈਆਂ ਯਾਰ ਗਰੀਬਾਂ ਨੂੰ, ਚੰਗਾ ਚੱਲ ਵਿੱਚ ਨਾ ਕੇ ਵੀ ਤੇਰੇ ਪਾਪ ਨੀ ਉਤਰਨੇ, ਕੁਛ ਨਹੀਂ ਹੋਇਆ। ਉਹ ਵੈਸੇ ਹੀ ਉਹ ਪੱਖਾ ਮੁੰਡਾ ਇੱਕ ਉੱਧਰ ਚੱਕ ਕੇ ਲੈ ਗਿਆ, ਉਹ ਕਹਿੰਦੇ ਕਿਉਂ ਪੱਖਾ ਇੱਧਰ ਕਿਉਂ ਲੈ ਕੇ ਗਿਆ, ਇੱਧਰ ਲਓ, ਆਹ ਰੌਲਾ ਹੈ, ਗੱਲ ਕੁਛ ਨਹੀਂ ਹੈ। ਆ ਜਾਓ ਸਾਰੇ ਜਣੇ ਬਹਿ ਜਾਓ, ਗਾਣਾ ਬਹੁਤ ਪਿਆਰਾ, ਥੈਂਕ ਯੂ ਸਾਰਿਆਂ ਦਾ, ਬਹੁਤ ਪਿਆਰੇ ਨੇ ਕਿਉਂਕਿ ਮੇਲਾ ਆਪਣਾ ਸਾਰਿਆਂ ਦਾ, ਅਤੇ ਮੇਲਾ ਮੇਲੇ ਨੂੰ ਮੇਲਾ ਬਣਾਈ ਰੱਖੋ ਤਾਂ ਵਧੀਆ ਗੱਲ ਹੈ।
ਸੋ ਮੇਲੇ ਨੂੰ ਚਮੇਲਾ ਨਹੀਂ ਹੋਣਾ ਚਾਹੀਦਾ, ਮੇਲਾ ਹੀ ਹੋਣਾ ਚਾਹੀਦਾ। ਭੈਣਾਂ ਨੂੰ ਬੇਨਤੀ ਹੈ, ਭੈਣਾਂ ਤੁਸੀਂ ਕਿੱਥੇ ਚੱਲੀਆਂ, ਬਹਿ ਜਾਓ ਜਰਾ। ਭੂਆ ਬਹਿ ਜਾ ਇੱਥੇ, ਕੀ ਗੱਲ ਭੂਆ ਤੂੰ ਕਿੱਥੇ ਚੱਲੀ, ਬਹਿ ਜਾ ਭੂਆ। ਮੁੰਡਾ ਤੇਰਾ ਇੱਥੇ ਹੀ ਹੈ ਗੁਲਾਬ ਚ, ਤੂੰਨੇ ਕਿਹਾ ਮੁੰਡਾ ਕਿਹੜਾ ਗਵਾਚਣ ਲੱਗਾ। ਹਾਂ ਬਹਿ ਗਈ ਭੂਆ, ਭੂਆ ਕੋਈ। ਸੋ ਸਾਡੀਆਂ ਜਿੰਨੀਆਂ ਵੀ ਭੈਣਾਂ ਮਤਾਵਾਂ ਬਹੁਤ ਪਿਆਰ ਨਾਲ, ਭੈਣ ਜੀ ਕੋਈ ਗੱਲ ਨਹੀਂ ਕੁਛ ਨਹੀਂ, ਆਜੋ ਬਾਈ ਜੀ। ਸੋ ਗਾਣਾ ਬਹੁਤ ਪਿਆਰਾ, ਇੱਕ ਵਾਰ ਬਾਈ ਗੁਲਾਬ ਸਿੱਧੂ ਲਈ ਅਤੇ ਇਸ ਵੀਰ ਲਈ ਜ਼ੋਰਦਾਰ ਤਾੜੀਆਂ ਵਜਾ ਦਿਓ। ਤੁਹਾਡਾ ਪਿਆਰ ਚਾਹੀਦਾ ਹਰ ਕਲਾਕਾਰ ਨੂੰ, ਅਤੇ ਵੈਸੇ ਵੀ ਪਿਆਰ ਤੁਸੀਂ ਦੇ ਰਹੇ ਹੋ। ਆਓ ਜੀ। ਹਾਂਜੀ ਬਾਈ। ਹਾਂ ਮੇਰਾ ਗਾਣਾ ਪਰਸੋਂ ਚ ਉੱਥੇ ਰਿਲੀਜ਼ ਹੋਇਆ ਜੀ। ਓ ਵੈਰੀ ਟੰਗਣ ਹੀ ਨੂੰ ਡੱਬ ਵਿੱਚ ਟੰਗੇ ਹਕੁੜੇ, ਓ ਜੱਤੀਆ ਲਸੰਸ ਨਹੀਂ ਹੋ ਮੰਗੇ ਹਕੁੜੇ, ਆ ਰੌਂਦਾਂ ਵਾਲੀ ਦੇਣੀਆਂ ਦਵਾਈ ਉਹਨਾਂ ਨੂੰ ਨੀ ਜਿਹੜਾ ਜਿਹੜਾ ਤੇਰੇ ਮੂਹਰੇ ਆ ਕੇ ਖੰਗੇ ਹਕੁੜੇ। ਐਵੇਂ ਸਾਲੇ ਫਿਰਦੇ ਨੇ ਹਲਕੇ ਕੁੜਾ, ਆ ਕਿੱਥੇ ਪਾਣੀ ਚੱਕਦੇ ਨੇ ਨਲਕੇ ਕੁੜਾ, ਜਿਨ੍ਹਾਂ ਨੂੰ ਮੈਂ ਚਾਹ ਲੱਗਦਾ ਆ ਦੁੱਧ ਵਾਂਗੂ ਕਰੂ ਜੱਟਨੀ, ਆ ਜਿਨ੍ਹਾਂ ਨਾਲ ਅੜੀ ਜੱਟ ਦੀ ਆ ਅੜੂ ਤੇਰਾ ਅੜੂ ਜੱਟਨੀ, ਜਿਹੜਾ ਯਾਰੀਆਂ ਚ ਨਾਲ ਬੈਠਣੇ ਤੇਰਾ ਉਹਨਾਂ ਨਾਲ ਖੜੂ ਜੱਟਨੀ। ਗੱਭਰੂ ਨੇ ਟੇਪ ਨਹੀਂ ਕਰੀ।
ਆਪਣੇ ਬੈਠੇ ਜਿਹੜੇ ਜਿੰਦ ਜਾਨ ਗੋਰੀਏ ਆ ਚੱਲੇ ਨੋਟਾਂ ਵਾਂਗੂ ਤੇਰਾ ਮਾਨ ਗੋਰੀਏ ਆਉਣਾ ਅਨ ਕੰਪਲੀਟ ਛੱਡਣੇ ਨੀ ਸੱਟੀ ਵਾਂਗੂ ਪੜੂ ਜੱਟ ਨੀ ਆ ਜਿਨ੍ਹਾਂ ਨਾਲ ਸੁਣਨ ਵਾਲੀ ਗੱਲ ਆ ਜੀ ਬਈ ਕੌੜ ਜਰ ਉਹ ਜੇ ਕਿਤੇ ਰੱਬ ਟੱਕਰ ਜੇ ਨੀ ਉਹਨੂੰ ਆਖਾਂ ਇੱਕ ਗੱਲ ਕਰਨੀ ਇਹ ਗੁਲਾਬ ਵੀਰੇ ਦਾ ਬਹੁਤ ਫੇਵਰੇਟ ਗਾਣਾ ਜੀ ਆਹ ਜੇ ਕਿਤੇ ਰੱਬ ਟੱਕਰ ਜੇ ਨੀ ਉਹਨੂੰ ਆਖਾਂ ਇੱਕ ਗੱਲ ਕਰਨੀ ਤੇਰੇ ਮੇਰੇ ਪਿਆਰਾਂ ਦੀ ਹਮੀ ਭਰਨੀ ਆ ਜਾ ਜਾਨ ਨਿਕਲ ਜਹਿਨੀ ਆ ਜਾ ਲਿਖ ਦੇਵੇ ਵਿੱਚ ਲਿਖ ਆ ਸਾਲਾ ਦਿਲ ਜਾ ਨਹੀਂ ਮੰਨਦਾ ਆ ਸਾਲਾ ਦਿਲ ਜਾ ਨਹੀਂ ਮੰਨਦਾ ਕਿ ਤੈਨੂੰ ਹੋਰ ਕਿਸੇ ਨਾਲ ਦੇਖਾ ਆ ਸਾਲਾ ਦਿਲ ਜਾ ਨਹੀਂ ਮੰਨਦਾ ਕਿ ਤੈਨੂੰ ਹੋਰ ਕਿਸੇ ਨਾਲ ਦੇਖਾ ਹਾਂਜੀ ਹੋ ਕਦੇ ਸੂਰਜ ਵਾਂਗੂ ਤਪਦਾ ਹਾਂ ਕਦੇ ਸ਼ਾਂਤ ਸਵੇਰੇ ਵਰਗਾ ਆਂ
ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਲਵੀ ਮੈਂ ਇੱਕ ਇੱਕ ਟੱਪਾ ਕਰਕੇ ਹਸਮ ਜੀ ਮੈਂ ਇੱਕ ਇੱਕ ਟੱਪਾ ਕਰਕੇ ਮੇਰੇ ਹੁਣੇ ਦੋ ਗਾਣੇ ਆਏ ਆ ਇੱਕ ਤਾਂ ਚਾਹ ਵਾਲਾ ਕਦੇ ਚਾਹ ਦੇ ਬੁਲਾ ਲੈ ਹਾਂ ਆਹ ਕੌਫੀਆਂ ਦਾ ਕੀ ਆ ਬਿੱਲੋ ਬਹੁਤੀਆਂ ਦਾ ਕੀ ਆ ਮੈਨੂੰ ਇੱਕੋ ਚਾਹੀਦੀ ਹੈ ਮਾਂ ਵਰਗੀ ਆਹ ਡੱਬ ਸੁਣਨਾ ਨਾ ਮੈਂ ਰੱਖਾਂ ਕਿਸੇ ਹੋਰ ਨੂੰ ਨਾ ਤੱਕਾਂ ਜਦੋਂ ਤੇਰੇ ਜਹੀ ਹੋਵੇ ਬਾਂਹ ਫੜਦੀ ਹੋਏ ਸਾਨੂੰ ਆਪਣਾ ਬਣਾ ਕੇ ਨੀ ਤੂੰ ਲੋਕਾਂ ਤੋਂ ਛਪਾ ਲੈ ਅੱਕੇ ਪਿਆਂ ਕਲਬਾਂ ਤੋਂ ਕਦੇ ਚਾਹ ਤੇ ਬਲਾ ਲੈ ਅੱਕੇ ਪਿਆਂ ਕਲਬਾਂ ਤੋਂ ਵੀ ਇੱਕ ਟੱਪਾ ਇਹ ਹੋ ਗਿਆ ਇੱਕ ਟੱਪਾ ਆਓ ਘੇੜੀ ਨਖਰੋ ਫਿਰੇ ਫਰਾਕ ਚ ਬਾਜ ਨੀ ਚੁਗਦੇ ਚੋਗਾ ਬੜੇ ਪੜੇ ਇਤਿਹਾਸ ਮੈਂ ਹੁਸਨ ਨੀ ਛੱਡਦਾ ਕਾਸੇ ਜੋਗਾ ਓ ਜੋਗੀਆਂ ਉੱਤੇ ਕੰਮ ਨੀ ਕਰਨੇ ਇਲਮ ਤੇਰੇ ਆ ਜਾਦੂ ਦੇ ਐਵੇਂ ਛੇੜ ਕੇ ਸਾਧਨਾ ਪਿੱਛੇ ਖਤਰੇ ਪਾਲੀ ਵਾਧੂ ਦੇ ਹੋ ਪੱਕੀ ਉੱਤੇ ਗਿੱਜੇ ਕਿੱਥੇ ਜਾਂਦੇ ਪੱਟੇ ਅੱਖਾਂ ਤੋਂ ਤੇਰੇ ਕਿੱਥੇ ਆਜੂ ਕਾਬੂ ਆਇਆ ਨੀ ਜੋ ਲੱਖਾਂ ਤੋਂ ਵੈਰ ਹੋਣ ਅੰਨੇ ਉਤੋਂ ਪਿਆਰ ਹੋ ਜੇ ਬੈਲੀ ਨੂੰ ਤਾਂ ਦੂਣਾ ਹੋ ਜੇ ਖਤਰਾ ਉਲਝੀਆਂ ਤੇਰੇ ਨਾਲ ਅੱਖਾਂ ਕਾਦੀਆਂ ਵੇ ਗੋਡੇ ਟੇਕ ਗਿਆ ਨਖਰਾ ਲੈ ਵੀਰੇ ਮੈਂ ਲਾਸਟ ਗਾਣਾ ਗਾਉਣ ਲੱਗਿਆ ਇੰਨੀ ਕੁ ਹਾਜ਼ਰੀ ਮੇਰੀ ਕਬੂਲ ਕਰਿਓ ਹਾਂ ਮੇਰੀ ਜਾਨ ਦੱਸ ਕਿਹੜਾ ਗਾਣਾ ਕਿਹੜਾ ਕਿਹੜਾ ਹੈ ਫੁੱਲ ਰਿਪੋਰਟਾਂ ਲੈ ਫਿਰ ਇਹ ਮੈਂ ਸਾਰਾ ਸੁਣਾ ਹੋ ਜਿਪਸੀ ਕਾਲੀ ਨਾ ਹਟ ਗਿਆ ਇੱਕ ਬਲਦਾਂ ਦੀ ਜੋੜੀ ਆ ਲੱਕੇ ਕਬੂਤਰ ਸ਼ੌਂਕ ਨੂੰ ਪਾਲੇ ਗੇੜਾ ਦੇ ਨੂੰ ਘੋੜੀ ਬਾਈ ਮੈਂ ਕਿਹੜੇ ਕਾਲੇ ਤੋਂ ਗਾਈ ਹੈ ਨਾ ਪਹਿਲੇ ਤੋਂ ਦੂਜਾ ਕਾਲਾ ਕਰ ਪਈ ਸਹੀ ਹੈ ਹੋ ਜਿਪਸੀ ਕਾਲੀ ਨਾ ਹਟ ਗਿਆ ਇੱਕ ਬਲਦਾਂ ਦੀ ਜੋੜੀ ਲੱਕੇ ਕਬੂਤਰ ਸ਼ੌਂਕ ਨੂੰ ਪਾਲੇ ਗੇੜਾ ਦੇ ਨੂੰ ਘੋੜੀ ਆ ਜੱਟ ਦਾ ਪਾਰਾ ਰਿੱਝਦਾ ਪਾਣੀ ਜੱਟ ਦਾ ਪਾਰਾ ਰਿੱਝਦਾ ਪਾਣੀ ਫੈਰ ਮਾਰਾਂ ਨੂੰ ਭੋਕੇ ਨੀ ਤੇਰੇ ਯਾਰ ਦੀਆਂ ਫੁੱਲ ਰਿਪੋਰਟਾਂ ਭੋਕੇ ਨੀ ਤੇਰੇ ਯਾਰ ਦੀਆਂ ਫੁੱਲ ਰਿਪੋਰਟਾਂ ਭੋਕੇ ਨੀ ਤੇਰੇ ਯਾਰ ਦੀਆਂ ਫੁੱਲ ਰਿਪੋਰਟਾਂ ਭੋਕੇ ਨੀ
ਨਹੀਂ ਖਾਤਾ ਡੀਸੀ ਵਰਗੀ ਦਹਿਸ਼ਤ ਲੱਗਦੀ ਜਦੋਂ ਕਾਫਲੇ ਜਾਂਦਾ ਤੇ ਘਰਾਂ ਤੇ ਖੜੇ ਸੰਤਰੀ ਅੰਦਰ ਮੰਤਰੀ ਖਾਂਦੇ ਡੀਸੀ ਵਰਗੀ ਦਹਿਸ਼ਤ ਲੱਗਦੀ ਜਦੋਂ ਕਾਫਲੇ ਜਾਂਦੇ ਦੇਖ ਯਾਰਾਂ ਦੇ ਬੋਲ ਬੋਲਦੇ ਦੇਖ ਯਾਰਾਂ ਦੇ ਬੋਲ ਬੋਲਦੇ ਜੜਦੇ ਪੱਕੇ ਪੱਕੇ ਨੀ ਤੇਰੇ ਯਾਰ ਦੀਆਂ ਫੁੱਲ ਫੁਟਾਇਓ ਡਾਰਲਿੰਗ ਗਾਉਣ ਲੱਗਿਆ ਮੇਰੀ ਜਾਨ ਮੇਰੀ ਜਾਨ ਮੇਰੀ ਜਾਨ ਓ ਕਿੰਨੀ ਮਰ ਜੋਗਾ ਕਹਿ ਸਲਾਈ ਦਾ ਨੀ ਏ ਜਿੱਤੋਂ ਫੁਕਰੇ ਪਛਾਣਦੀ ਏ ਬੋਡੀ ਲੈਂਗੁਏਜ ਤੋਂ ਲਾ ਕੇ ਐਨਕਾਰ ਕਾਨੇ ਅੱਖਾਂ ਰੀਝ ਨਾਲ ਸੇਗਲਾ ਉਹ ਨੱਚ ਤੇ ਮਿੱਤਰਾਂ ਚ ਡਿਫਰੈਂਸ ਦੇਖ ਲੈ ਬਹਿ ਜਾ ਗੱਲਬਾਤ ਕਰਵਾਉਂਦੀ ਆ ਕਿ ਨਹੀਂ ਬਾਕੀ ਛੱਡ ਜੱਟੀਏ ਆ ਭਾਈ ਬਦਸ ਗੱਭਰੂ ਚ ਆਉਂਦੀ ਆ ਕਿ ਨਹੀਂ ਬਾਕੀ ਛੱਡ ਜੱਟੀਏ ਭਾਈ ਬਦਸ
ਗੱਭਰੂ ਚਾਉਂਦੀ ਆ ਕਿ ਨਹੀਂ ਬਾਕੀ ਛੱਡ ਜੱਟੀਏ ਭਾਈ ਮੈਂ ਦੱਸ ਗੱਭਰੂ ਚਾਉਂਦੀ ਆ ਕਿ ਨਹੀਂ ਬਾਕੀ ਛੱਡ ਜੱਟੀਏ ਪਿੱਛੇ ਹੁਸਨਾ ਦਾ ਪੱਗ ਚੱਕੀ ਫਿਰਦਾ ਤੇਰੇ ਲਈ ਫੀਲਿੰਗ ਪਰ ਅੱਡ ਚੱਕੀ ਫਿਰਦਾ ਫਾਇਦੇ ਦੀ ਜੇ ਗੱਲ ਕਰੇ ਜੱਟ ਨਾਲ ਲਾ ਕੇ ਮੁੰਡਾ ਮਲਟੀ ਵਿਟਾਮਿਨਾਂ ਤੋਂ ਵੱਧ ਚੱਕੀ ਫਿਰਦਾ ਤੇਰੇ ਨਾਲੇ ਵਾਲੀ ਬਿੱਲੋ ਚੱਕ ਮੀਂਜੀ ਬਾਲੀ ਤੇਰੇ ਨਾਲੇ ਵਾਲੀ ਬਿੱਲੋ ਚੱਕ ਮੀਂਜੀ ਬਾਲੀ ਆ ਕੇ ਧੱਕੇ ਨਾਲ ਨੰਬਰ ਫੜਾਉਂਦੀ ਆ ਕੇ ਨਹੀਂ ਵਰਗੀ ਚੱਟ ਜੱਟੀ ਥੈਂਕ ਯੂ ਡਾਰਲਿੰਗ, ਥੈਂਕ ਯੂ, ਥੈਂਕ ਯੂ। ਜਿਉਂਦੇ ਰਹੋ, ਜਿਉਂਦੇ ਰਹੋ, ਵੱਸਦੇ ਰਹੋ, ਰੱਬ ਤੁਹਾਨੂੰ ਰਾਜ਼ੀ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਬਾਈ ਬਾਈ ਉਹ ਡਾਰਲਿੰਗ ਪਹਿਲਾਂ ਗਾਤਾ ਸੀ, ਮੇਰੇ ਬਥੇਰੇ ਗਾਣੇ ਆਇਆ, ਹੋਰ ਸੁਣਾਉਣ ਤੈਨੂੰ ਹੈ ਜੀ ਸਦਕੇ ਆਏ ਹਾਏ ਲਵ ਯੂ ਡਾਰਲਿੰਗ, ਜਿਉਂਦਾ ਰਹਿ। ਦੂਜੀ ਗੱਲ, ਮੈਥੋਂ ਗਾਉਂਦੇ ਤੋਂ ਕੋਈ ਗਲਤੀ ਗੁਸਤਾਖੀ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਉੱਚਾ ਨੀਵਾਂ ਸ਼ਬਦ ਬੋਲਿਆ ਗਿਆ ਹੋਵੇ ਜਾਂ ਮੇਰੀ ਕੋਈ ਵੀ ਗੱਲ ਕਿਸੇ ਨੂੰ ਬੁਰੀ ਲੱਗੀ ਹੋਵੇ, ਆਪਦੇ ਚਰਨਾਂ ਦੀ ਧੂੜ ਸਮਝ ਕੇ, ਆਪਦਾ ਬੱਚਾ ਸਮਝ ਕੇ, ਛੋਟਾ ਭਰਾ ਸਮਝ ਕੇ ਮੈਨੂੰ ਮਾਫ਼ ਕਰ ਦਿਓ। ਕਈ ਵਾਰ ਗਾਉਂਦੇ ਗਾਉਂਦੇ ਥੋੜ੍ਹਾ ਜਿਹਾ ਡੀਜ਼ਲ ਇੰਜਣ ਤੱਪ ਜਾਂਦਾ ਨਾ, ਫਿਰ ਗਲਤੀ ਹੋ ਜਾਂਦੀ ਹੈ। ਵੈਸੇ ਫਿਰ ਵੀ ਮੈਨੂੰ ਬੱਚਾ ਸਮਝ ਕੇ, ਆਪਦਾ ਭਰਾ ਸਮਝ ਕੇ ਮਾਫ਼ ਕਰਿਓ। ਬਾਈ ਬਾਈ ਵਾਲਾ ਮੈਂ ਗਾਉਣਾ, ਉਦੋਂ ਪਹਿਲਾਂ ਇੱਕ ਟੱਪਾ ਆਹ ਜਿਮ ਜਮ ਲਾ ਕੇ ਡੋਲੇ ਡੂਲੇ ਵੀ ਬਣਾ ਲਏ ਸੁਣਿਆ ਏ ਮਹਿੰਗੇ ਮਹਿੰਗੇ ਵੈਪਨ ਮੰਗਾ ਲਏ ਸਾਰਾ ਕੁਝ ਮਿਲ ਗਿਆ ਜੋ ਜੋ ਸੀ ਤੂੰ ਪਹਾੜ ਦਾ ਆਹ ਦਿਲ ਕਿੱਥੋਂ ਲੈ ਕੇ ਆਏਗਾ ਓਏ ਜੱਟ ਨਾਲ ਦਾ ਦਿਲ ਕਿੱਥੋਂ ਲੈ ਕੇ ਆਏਗਾ ਓਏ ਜੱਟ ਨਾਲ ਦਾ ਕੱਢ ਦਾਂਗੇ ਬੈਮ ਜਿਹੜਾ ਜਿਹੜਾ ਵੀ ਤੂੰ ਪਾਲਦਾ ਆਹ ਦਿਲ ਕਿੱਥੋਂ ਲੈ ਕੇ ਆਏਗਾ ਓਏ ਜੱਟ ਨਾਲ ਦਾ ਆਹ ਬੈਲੀਆਂ ਦਾ ਪਿੰਡ ਪਿੰਡ ਨਵਾਂ ਪਿੰਡ ਜੱਟਦਾ ਆਹ ਬੈਲ ਪੁਣੇ ਵਿੱਚ ਆਇਆ ਮੁੱਢੋ ਨਾਮ ਖੱਟਦਾ ਹੋ ਚੀਮਾ ਜੋਬ ਨਹੀਂ ਦੂਜਾ ਨਾਮ ਆ ਪਜਾਲਦਾ ਦਿਲ ਕਿੱਥੋਂ ਲੈ ਕੇ ਆਏਗਾ ਓਏ ਜੱਟ ਨਾਲ ਦਾ ਲੈ ਫਿਰ ਕੂਕ ਜੀ ਮਾਰ ਕੇ ਦੱਸੋ ਮੇਰੇ ਬਰਨਾਲੇ ਜ਼ਿਲ੍ਹੇ 'ਚ ਪਤਾ ਲੱਗਣਾ ਚਾਹੀਦਾ ਮੈਂ ਇੱਥੇ ਆਇਆ ਕਿਆ ਬਾਤ ਬਹੁਤ ਬਹੁਤ ਸ਼ੁਕਰੀਆ ਡਾਲੇ ਰੱਬ ਤੁਹਾਨੂੰ ਰਾਜ਼ੀ ਰੱਖੇ ਚੜ੍ਹਦੀ ਕਲਾ 'ਚ ਰੱਖੇ ਲੈ ਬਾਈ ਬਾਈ ਵਾਲਾ ਹੈਪਨ ਤੋਂ ਪਹਿਲਾਂ ਲੋੜ ਵੈਪਨ ਰੱਖੇ ਤਾਂ ਹੀ ਉਹ ਕੱਟ ਦਿਆ ਵੈਰੀ ਦਿਨ ਡਰ ਡਰ ਕੇ
ਕਰਕੇ ਘਰਾਂ ਦੇ ਡਰੀਮਾਂ ਵਿੱਚ ਆਉਣ ਜਾਣ ਪੂਰਾ ਡਿਪਰੈਸ਼ਨ ਚ ਗਏ ਕਈ ਸਾਡੇ ਕਰਕੇ ਜੋ ਵੀ ਸਾਡੇ ਬਾਰੇ ਸੁਣੀਆਂ ਤੇਰੇ ਇੱਕੀਆਂ ਸਾਲਾਂ ਦੇ ਜੱਟ ਨੂੰ ਭਾਈ ਭਾਈ ਕਹਿੰਦੀ ਤੇਰੇ ਇੱਕੀਆਂ ਸਾਲਾਂ ਦੇ ਜੱਟ ਨੂੰ ਭਾਈ ਭਾਈ ਮਿਰਜਾ ਹੇਠ ਜੰਡੋਰੇ ਤੇ ਸੌ ਗਿਆ ਪੱਟ ਦਾ ਸਰਾਣਾ ਲਾ ਕੇ ਚੜ ਘਟ ਕਸਿਆਲਾਂ ਤੋਂ ਘੇਰਿਆ ਮਿਰਜਾ ਪਲ ਵਿੱਚ ਆ ਕੇ ਭੰਡ ਕਾਨੀਆਂ ਸਾਹਿਬਾਂ ਨੇ ਓ ਬਾਈ ਓ ਨਾ ਡਾਰਲਿੰਗ ਨਾ ਡਾਰਲਿੰਗ ਨਾ ਆਇਆ ਮੇਰਾ ਭਰਾ ਹੋਣਾ ਨਾ ਯਾਰ ਨਾ ਬਾਈ ਕੋਈ ਨਾ ਮੇਰਾ ਭਰਾ ਉਹ ਡਾਰਲਿੰਗ ਡਾਰਲਿੰਗ ਸੋਰੀ ਸੋਰੀ ਮੈਂ ਤਾਂ ਤੋਂ ਮਾਫੀ ਮੰਗਦਾ ਸੋਰੀ ਡਾਰਲਿੰਗ ਕੋਈ ਨਾ ਆਰਾਮ ਨਾਲ ਖੜ ਜਾ ਉਹ ਪਿੱਛੇ ਆਪਣੀ ਮਾਂ ਖੜੀ ਆ ਆਪਣੀ ਮਾਂ ਦੇ ਸੱਟ ਲੱਗੂ ਆਰਾਮ ਨਾਲ ਖੜ ਜਾ ਹਾਂ ਲਵ ਯੂ ਖੜ ਜਾ ਮੇਰਾ ਭਰਾ ਲਵ ਯੂ ਕਾਨੀਆਂ ਸਾਹਿਬਾਂ ਨੇ ਮੋਟੇ ਉਹ ਜੱਟ ਨੂੰ ਹੱਲੂ ਨੀ ਚਕਾਤਾ ਸਾਹਿਬ ਆਪਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ ਸਾਹਿਬ ਆਪਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ ਯਾਰ ਮਰਾਤਾ ਔਰ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ ਮਗਰ ਫਿਰਾਂ ਬੜੇ ਚਿਰ ਤਾਨੀ ਮੁੰਡਾ ਗੁੱਟ ਤੇ ਪਟੋ ਲਿਆ ਪੈਰਾਂ ਨਾਲ ਗਵਾਈ ਫਿਰ ਤਾਨੀ ਮੁੰਡਾ ਇੱਕ ਤੇ ਪਟੋ ਲਿਆ
ਗੋਰਾ ਰੰਗ ਜਟਾ ਖਮਸਤਾਨੀ ਬਹੁ ਗੋਰਾ ਗੋਰਾ ਰੰਗ ਜਟਾ ਖਮਸਤਾਨੀ ਸਾਲ ਸੋਲਵਾਂ ਚੜ ਗਿਆ ਮੈਨੂੰ ਮੈਂ ਹੁਣ ਪਰਖੂੰ ਗੱਭਰੂਆ ਪਰਖੂੰ ਗੱਭਰੂਆ ਚਾਚੇ ਤਾਇਆ ਹੋ ਇੱਕੋ ਵਿਹੜੇ ਵਿੱਚ ਫਿਰਦੇ ਆ ਖੇਡਦੇ ਜਵਾਕਨੀ ਖੁੱਲੀਆਂ ਜ਼ਮੀਨਾਂ ਸਾਡੀ ਖੁੱਲੀਆਂ ਖਰਾਗਨੀ ਉਹ ਦਾਦੇ ਹੁਣੀ ਤਿੰਨ ਪਾਈ ਸਾਂਝਾ ਕਾਰੋਬਾਰ ਕੀ ਦੀ ਹਿੰਮਤ ਆ ਸਾਡੇ ਅੱਗੇ ਆਉਣ ਦੀ ਆ ਸੁੱਖ ਨਾ ਬਥੇਰੇ ਪੁੱਤ ਚਾਚੇ ਤਾਇਆਂ ਦੇ ਨਾ ਲੋੜ ਪਈ ਬੰਦੇ ਬਾਹਰੋਂ ਮੰਗਵਾਉਣ ਦੀ ਹੋ ਸੁੱਖ ਨਾ ਬਥੇਰੇ ਪੁੱਤ ਚਾਚੇ ਤਾਇਆਂ ਦੇ ਨਾ ਲੋੜ ਪਈ ਬੰਦੇ ਬਾਹਰੋਂ ਮੰਗਵਾਉਣ ਦੀ ਹਾਂ ਜਿੱਤ ਜਾਂਦਾ ਪਿੰਡੋ ਸਰਪੰਚ ਉਹੀ ਬਿੱਲੋ ਜੀ ਨੂੰ ਲਾਣੇਦਾਰ ਕਹਿੰਦੇ ਸਾਡਾ ਹਾਨੀ ਹੋ ਜੀ ਇਕੱਠੇ ਜੇ ਕਿਤੇ ਵਿਆਹ ਸ਼ਾਦੀ ਉੱਤੇ ਸਾਡੇ ਆਲਿਆਂ ਨੇ ਪਾਉਣਾ ਹੁੰਦਾ ਗਾਨੀ ਹੋ ਬੰਨਦੇ ਆ ਪੱਗਾਂ ਸਾਰੇ ਲੱਗਦੇ ਆ ਰਾਜੇ ਜੀਪਾਂ ਰੱਖੀਆਂ ਨੇ ਗੇੜੀ ਛੇੜੀ ਲਾਉਣ ਲਈ ਆ ਸੁੱਖ ਨਾ ਬਥੇਰੇ ਪੁੱਤ ਚਾਚੇ ਤਾਂ ਦੇ ਨਾ ਲੋ ਕਈ ਬੰਦੇ ਬਾਹਰੋਂ ਮੰਗਵਾਉਣ ਦੀ ਆ ਸੁੱਖ ਨਾ ਬਥੇਰੇ ਪੁੱਤ ਚਾਚੇ ਤਾਂ ਆਉਂਦੇ ਨਾ ਲੋ ਡਾਰਲਿੰਗ ਪਤਾ ਕੀ ਗੱਲ ਮੇਰਾ ਭਰਾ ਗੱਲ ਪਤਾ ਕੀ ਹੈ ਦੇਖ ਅਸੀਂ ਗਾਉਣ ਵਾਲਿਆਂ ਨੇ ਗਾ ਕੇ ਚੱਲ ਜਾਣਾ ਸਾਰੇ ਕੰਮ ਵਾਲਿਆਂ ਨੇ ਜਿਹਨਾਂ ਜਿਹਨਾਂ ਨੇ ਕੰਮ ਕਰਨਾ ਉਹਨਾਂ ਨੇ ਚੱਲ ਜਾਣਾ ਸਾਰਾ ਪੂਰਾ ਵਰਲਡ ਦੇਖ ਰਿਹਾ ਸਾਰੀ ਦੁਨੀਆ ਦੇਖ ਰਹੀ ਹੈ ਇਹ ਮੇਲਾ ਅਤੇ ਬਦਨਾਮੀ ਕਿਹਦੀ ਹੋਣੀ ਹੈ ਪਿੰਡ ਦੀ ਹੋਣੀ ਹੈ ਠੀਕ ਹੈ ਤੁਹਾਡਾ ਮੇਲਾ ਜਾਣ ਤੁਸੀਂ ਮੇਰਾ ਭਰਾ ਬਣੇ ਮੇਰਾ ਭਰਾ ਬਣੇ ਲਵ ਯੂ ਡਾਰਲਿੰਗ ਇੰਜੋਏ ਕਰੋ ਮੇਰਾ ਭਰਾ ਬਣੇ ਤੁਹਾਡੇ ਪਿੰਡ ਦੀਆਂ ਗੱਲਾਂ ਹੋਣ ਕੱਲ੍ਹ ਨੂੰ 10 ਪਿੰਡਾਂ 'ਚ ਵੀ ਮੇਲਾ ਹੋਇਆ ਸੀ ਉੱਥੇ ਠੀਕ ਹੈ ਨਾ ਮੇਰੀ ਜਾਨ ਲਵ ਯੂ ਡਾਰਲਿੰਗ ਇੰਨਾ ਬਲੱਡ ਨਾ ਵਧਾਇਆ ਕਰੋ ਗਰਮੀ ਪਹਿਲਾਂ ਹੀ ਬਹੁਤ ਜ਼ਿਆਦਾ ਆ ਉਹ ਮੇਰੀ ਜਾਨ ਭੈਣੇ ਬਾਈ ਜੀ ਕਾਨੂੰ ਠੰਡੇ ਰਹੋ ਬਸ 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 ਕੋਈ ਨਾ ਚੱਲਣ ਦਿਓ ਕੰਮ ਹੋਰ ਹਾਂਜੀ ਕਿਹੜਾ ਜੀ ਮੂਸੇ ਵਾਲੇ ਜੱਟ ਦਾ ਪਹਿਲਾਂ ਮੈਂ ਗਾਤਾ ਜਾਣ ਤੂੰ ਆਇਆ ਨਹੀਂ ਉਦੋਂ ਯਾਰ ਅੱਛਾ ਦੁਬਾਰੇ ਗਾ ਦਿੰਦਾ ਮੈਂ ਕੋਈ ਚੱਕਰ ਨਹੀਂ ਓਕੇ ਜੀ ਮਾਨੀ ਦਾ ਬਰਥਡੇ ਆ ਰਾਤ ਨੂੰ 12 ਵਜੇ ਹੈਪੀ ਬਰਥਡੇ ਡਾਰਲਿੰਗ ਰੱਬ ਦਿਨ ਬਹੁਤ ਲੰਮੀਆਂ ਉਮਰਾਂ ਦੇਵੇ ਤੰਦਰੁਸਤੀਆਂ ਦੇਵੇ ਕਦੋਂ ਬਰਛੇ ਵੱਡੇ ਨੇ ਲੱਠਾਂ ਤੇ ਚਾਕੂਆਂ ਨੇ
ਓਏ ਮੰਗਦੇ ਨਹੀਂ ਖੋਨਿਆ ਅਸੀਂ ਪੁੱਤ ਡਾਕੂਆਂ ਦੇ ਓ ਬੱਗ ਕਤੀੜਾਂ ਦਾ ਸ਼ੇਰਾਂ ਨਾਲ ਨਹੀਂ ਰਲਦਾ ਓ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਲੈ ਵੀ ਵੀਰੇ ਮੇਰਾ ਗਾਣਾ ਆਉਣ ਵਾਲਾ ਇੱਕ ਸਾਰੇ ਜਾਣੇ ਗੌਰ ਨਾਲ ਸੁਣੇ ਹੋਏ ਗੱਲ ਜਿਹੜੀ ਮੈਂ ਕਹਿਣ ਲੱਗਿਆ ਗਾਣਾ ਆਉਣ ਲੱਗਿਆ ਮੇਰਾ ਕਲਯੁੱਗ ਤੇ ਕਲਯੁੱਗ ਕਹਿੰਦਾ ਵੀ ਮੈਨੂੰ ਜਵਾਨੀ ਚੜੀ ਵੀ ਹੈ ਮੈਂ ਮਾਂ ਤੋਂ ਪੁੱਤ ਨੂੰ ਮਰਵਾ ਸਕਦਾ ਪੁੱਤ ਤੋਂ ਮਾਂ ਨੂੰ ਮਰਵਾ ਸਕਦਾ ਭੈਣ ਤੋਂ ਭਾਈ ਨੂੰ ਮਰਵਾ ਸਕਦਾ ਭਾਈ ਤੋਂ ਭਾਈ ਨੂੰ ਮਰਵਾ ਸਕਦਾ ਕਲਯੁੱਗ ਆਪਣੀ ਸਾਰੀ ਗੱਲ ਦੱਸਦਾ ਖਾਨ ਸਾਹਿਬ ਸੁਣਿਓ ਮੇਰਾ ਗਾਣਾ ਆਉਣ ਵਾਲਾ ਥੋੜੇ ਦਿਨਾਂ ਤੱਕ ਲੈ ਵੀਰੇ ਬੰਦ ਕਰ ਲਓ ਇਹ ਕਾਲਾ ਮੈਂ ਆਪੇ ਚੱਕੂ ਪਹਿਲਾ ਹੋਇਆ ਡੇਢ ਹੋਇਆ ਦੂਜਾ ਤੀਜਾ ਜਿਹੜਾ ਵੀ ਹੋਇਆ ਮੈਂ ਆਪੇ ਚੱਕ ਲਓ ਮੈਨੂੰ ਪਤਾ ਨਹੀਂ ਨਾ ਕਾਲਿਆਂ ਦਾ ਸੋ ਸਿੱਧੇ ਸਿੱਧੇ ਬਾਈ ਸੱਚੀ ਦੱਸਾਂ ਸਿੱਧੇ ਸਿੱਧੇ ਆਪਾਂ ਐ ਮੁੜ ਕੇ ਕਾਲੇ ਚੋਲ ਜਗੇ ਆਪ ਕਾਲੇ ਹੋ ਜਾਵਾਂਗੇ ਓ ਮੇਰਾ ਘਰ ਦਾ ਪਹਿਰਾ ਹੋ ਗਿਆ ਮੇਰੇ ਬਹੁਤੇ ਨੇ ਦਿਲਦਾਰ ਮੇਰੇ ਖੌਫ ਨੇ ਪਾਈਆਂ ਝਾਂਜਰਾਂ ਓ ਮੇਰੇ ਖੌਫ ਨੇ ਪਾਈਆਂ ਝਾਂਜਰਾਂ ਫਿਰੇ ਨੱਚਦਾ ਵਿੱਚ ਬਾਜ਼ਾਰ ਮੇਰੇ ਜ਼ੋਰ ਨੇ ਨਾਰਾਂ ਹਲਾਤੀਆਂ ਓ ਮੇਰੇ ਜ਼ੋਰ ਨੇ ਨਾਰਾਂ ਹਲਾਤੀਆਂ ਇਹ ਗੱਲ ਦਾ ਮਤਲਬ ਆਈਲੈਟਸ ਕਰਕੇ ਬੰਦਾ ਵਿਆਹ ਕਰਕੇ ਮਸਾਂ ਆਪਦੇ ਜਵਾਕ ਨੂੰ ਵਿਆਹ ਕਰਕੇ ਕੁੜੀ ਨੂੰ ਬਾਹਰੇ ਭੇਜਦੇ ਨੇ ਕੁੜੀ ਨਹੀਂ ਸਾਦੀ ਕਈ ਮੁੰਡੇ ਨਹੀਂ ਸਾਦੇ ਉਹ ਗੱਲ ਹੈ ਓ ਮੇਰੇ ਜ਼ੋਰ ਨੇ ਰੰਨਾ ਹਲਾਤੀਆਂ ਫਿਰਦੀਆਂ ਨਿੱਤ ਬਦਲਦੀਆਂ ਯਾਰ ਮੇਰਾ ਨਾਮ ਹੈ ਕਲਯੁੱਗ ਸੋਹਣਿਓ ਓ ਮੇਰਾ ਨਾਮ ਹੈ ਕਲਯੁੱਗ ਸੋਹਣਿਓ ਮੈਨੂੰ ਚੜੀ ਜਵਾਨੀ ਯਾਰ ਮੈਨੂੰ ਚੜੀ ਜਵਾਨੀ ਯਾਰ ਓ ਮੈਨੂੰ ਚੜੀ ਜਵਾਨੀ ਯਾਰ ਆ ਜਾਓ ਜੀ ਓ ਮੇਰਾ ਘਰ ਦਾ ਪਹਿਰਾ ਹੋ ਗਿਆ ਮੇਰੇ ਬਹੁਤੇ ਨੇ ਦਿਲਦਾਰ ਮੇਰੇ ਖੌਫ ਨੇ ਪਾਈਆਂ ਝਾਂਜਰਾਂ ਓ ਮੇਰਾ ਘਰ ਦਾ ਪਹਿਰਾ ਹੋ ਗਿਆ ਮੇਰੇ ਬਹੁਤੇ ਨੇ ਦਿਲਦਾਰ ਮੇਰੇ ਖੌਫ ਨੇ ਪਾਈਆਂ ਝਾਂਜਰਾਂ ਝਾਂਜਰਾਂ ਫਿਰੇ ਨੱਚਦਾ ਵਿੱਚ ਬਾਜ਼ਾਰ ਮੇਰੇ ਜ਼ੋਰ ਨੇ ਨਾਰਾਂ ਹਲਾਤੀਆਂ ਮੇਰੇ ਜ਼ੋਰ ਨੇ ਨਾਰਾਂ ਹਲਾਤੀਆਂ ਹਲਾਤੀਆਂ ਫਿਰਦੀਆਂ ਨਿੱਤ ਬਦਲਦੀਆਂ ਯਾਰ ਮੇਰਾ ਨਾਮ ਹੈ ਕਲਯੁੱਗ ਸੋਹਣਿਓ ਮੇਰਾ ਨਾਮ ਹੈ ਕਲਯੁੱਗ ਸੋਹਣਿਓ ਮੈਨੂੰ ਚੜੀ ਜਵਾਨ
ਜਵਾਨੀ ਯਾਰ, ਮੈਨੂੰ ਚੜੀ ਜਵਾਨੀ ਯਾਰ, ਮੈਨੂੰ ਚੜੀ ਜਵਾਨੀ ਯਾਰ। ਨਾਰਕੋ ਮੇਰੇ ਸਿਰ ਤੇ ਖੂਨ ਸਵਾਰ, ਮੈਂ ਪਾਈਆਂ ਤੋਂ ਪਾਈ ਮਰਾ ਤੇ, ਮੈਂ ਪਾਈਆਂ ਤੋਂ ਪਾਈ ਮਰਾ ਤੇ, ਦਿੱਤੇ ਮਾਮਾ ਨੇ ਪੁੱਤ ਮਾਰ, ਕੁੱਕੀ ਬੱਚੇ ਜੰਮ ਕੇ ਸੁੱਟ ਗਈ। ਬੱਚੇ ਜੰਮ ਕੇ ਸੁੱਟ ਗਈ, ਭੁੱਲ ਰਾਇ ਉੱਡ ਗਈ ਨਦੀਓਂ ਪਾਰ, ਮੇਰਾ ਨਾਮ ਹੈ ਕਲਯੁਗ ਸੋਹਣਿਓ, ਉਹ ਮੇਰਾ ਨਾਮ ਹੈ ਕਲਯੁਗ ਸੋਹਣਿਓ। ਮੈਨੂੰ ਚੜੀ ਜਵਾਨੀ ਯਾਰ, ਮੈਨੂੰ ਚੜੀ ਜਵਾਨੀ ਯਾਰ, ਮੈਨੂੰ ਚੜੀ ਜਵਾਨੀ ਯਾਰ, ਮੈਨੂੰ ਚੜੀ ਜਵਾਨੀ ਯਾਰ। ਇੰਨੀ ਕੁ ਹਾਜ਼ਰੀ ਮੇਰੀ ਕਬੂਲ ਕਰਿਓ। ਗਾਉਂਦੇ ਤੋਂ ਕੋਈ ਗਲਤੀ ਗੁਸਤਾਖੀ ਕਿਸੇ ਦੀ ਸ਼ਾਨ ਦੇ ਖਿਲਾਫ ਉੱਚਾ ਨੀਵਾਂ ਸ਼ਬਦ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ਼ ਕਰਿਓ। ਇੱਕ ਤਾੜੀ ਸਾਡੇ ਆ ਪਰਿਵਾਰ ਦੇ ਨਾਂ ਦੀ ਜ਼ਰੂਰ। ਵੱਡਾ ਭਾਈ ਸਾਡੇ ਮੈਡਮ ਬੈਠੇ ਆ, ਬਹੁਤ ਹੀ ਰਿਸਪੈਕਟਡ, ਇਹਨਾਂ ਲਈ ਜ਼ਰੂਰ ਤਾੜੀ ਮਾਰੋ। ਆਸ਼ੂ ਚੋਪੜਾ ਬਹੁਤ ਬਹੁਤ ਰਿਸਪੈਕਟ, ਸੱਚੀ ਬਹੁਤ ਬਹੁਤ ਰਿਸਪੈਕਟ। ਅਤੇ ਮੈਂ ਤੁਹਾਡੀਆਂ ਬਹੁਤ ਸਟੇਜਾਂ ਦੇਖਦਾ ਮੈਮ, ਸੋ ਸੱਚੀ ਰਿਸਪੈਕਟ। ਤਾੜੀ ਮਾਰੋ ਵੀਰੇ ਸਾਰੇ ਪਲੀਜ਼, ਜਿਨ੍ਹਾਂ ਨੂੰ ਰੱਬ ਨੇ ਦੋਨੇ ਹੱਥ ਦਿੱਤੇ ਆ ਸਾਰੇ ਜਾਣੇ ਤਾੜੀ ਮਾਰੋ। ਬਹੁਤ ਬਹੁਤ ਥੈਂਕ ਯੂ, ਰੱਬ ਰਾਜੀ ਰੱਖੇ, ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀਆਂ ਦੇਵੇ। ਗੁਲਾਬ ਸਿੱਧੂ ਬਾਈਲੀ, ਇੱਕ ਵਾਰ ਜ਼ੋਰਦਾਰ ਤਾੜੀਆਂ ਵਜਾਓ ਸਾਰੇ ਜਾਣੇ ਜਿੰਨੀ ਵੀ ਸੰਗਤ ਬੈਠੀ ਹੈ। ਉਹ ਜ਼ੋਰਦਾਰ ਤਾੜੀਆਂ ਕਿਹੜੀਆਂ ਹੁੰਦੀਆਂ ਉਹ ਵਜਾ ਦਿਓ, ਜ਼ੋਰਦਾਰ ਤਾੜੀਆਂ ਚਾਹੀਦੀਆਂ। ਸੋ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਔਰ ਇਸ ਤੋਂ ਬਾਅਦ ਰੋਮੇ ਰਾਜ ਜੀ ਉਹਨਾਂ ਦੇ ਮੈਂ ਸਜਿੰਦਰ ਨੂੰ ਬੇਨਤੀ ਕਰੂੰਗਾ ਆਪਣੇ ਸਾਹ ਸੈੱਟ ਕਰ ਲਓ। ਬਾਬਾ ਜੀ ਤੁਸੀਂ ਹੁਣ ਸਾਹ ਲੈ ਲਓ। ਸੋ ਹੁਣ ਕਿਉਂਕਿ ਜਿਹੜਾ ਮਹਿਫਲ ਦਾ ਦੂਸਰਾ ਰੰਗ ਜਿਹੜਾ ਸ਼ੁਰੂ ਹੋਣ ਵਾਲਾ ਹੈ ਸੂਫੀ ਗਾਇਕੀ, ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਹੁਕਮ ਆਏਗਾ ਉਹ ਸਾਰੇ ਫਨਕਾਰ ਤੁਹਾਡੀ ਨਜ਼ਰ ਹੋਣੇ ਆ। ਬਾਈ ਗੁਲਾਬ ਸਿੱਧੂ ਬਹੁਤ ਪਿਆਰੇ ਦਿਲਦਾਰ ਇਨਸਾਨ ਹੈ, ਮੈਨੂੰ ਕੈਫ ਉਹਨਾਂ ਨੇ ਦੱਸਿਆ। ਸੋ ਮਾਨੀ ਦਾ ਬਰਥਡੇ ਹੈ, ਮੇਰੇ ਵੱਲੋਂ ਬਹੁਤ ਸਾਰੀਆਂ ਵਧਾਈਆਂ। ਲੈ ਵੀ ਇੱਕ ਤਾੜੀਆਂ ਜ਼ੋਰਦਾਰ ਮਾਰੋ, ਜਰਾ ਰੌਲਾ ਪਾ ਕੇ ਜਰਾ। ਭਰਾ ਨੇ ਅੱਜ ਮੈਂ ਸ਼ੰਕਰ, ਅਸੀਂ ਇਕੱਠੇ ਹੋਏ ਸੀ ਗੁਰੂ ਬਹਿਜਾ, ਅਸੀਂ ਸ਼ੰਕਰ ਇਕੱਠੇ ਹੋਏ ਸੀਗੇ ਇੱਕ ਵਾਰੀ ਮੱਖਣ ਬਾਈ ਦੇ ਪਿੰਡ, ਅਤੇ ਉਦੋਂ ਮੈਨੂੰ ਸੁਣਨ ਦਾ ਮੌਕਾ ਨਹੀਂ ਮਿਲਿਆ, ਮੇਰਾ ਟਾਈਮ ਪਹਿਲਾਂ ਸੀਗਾ, ਮੈਂ ਗਾ ਕੇ ਚਲਾ ਗਿਆ ਸੀਗਾ, ਅਤੇ ਵੀਰੇ ਹੁਣੀ ਬਾਅਦ 'ਚੋਂ ਆਏ, ਲੇਕਿਨ ਅੱਜ ਮੈਨੂੰ ਸੁਣਨ ਦਾ ਮੌਕਾ ਮਿਲਿਆ। ਅਤੇ ਭਰਾ ਨੇ, ਇਸ ਭਰਾ ਨੇ, ਗੁਲਾਬ ਵੀਰੇ ਨੇ, ਗੁਰਮਨ ਵੀਰੇ ਨੇ, ਇਹ ਭਰਾਵਾਂ ਨੇ ਮੇਲਾ ਲੁੱਟ ਲਿਆ। ਇੱਕ ਵਾਰੀ ਹੱਥ ਉੱਤੇ ਕਰਕੇ ਤਾੜੀਆਂ ਮਾਰੋ ਜਰਾ ਯਾਰ, ਕਿਉਂ ਬਹੁਤ ਅਦਬ ਅਤੇ ਬਹੁਤ ਅੱਛਾ ਗਾਣਾ। ਤੁਸੀਂ ਕਹਿੰਦੇ ਹੋ ਨਾ ਵੀ ਕਿਹੜਾ ਕਾਲਾ ਰੱਖ ਲਿਆ, ਪਤਾ ਨਹੀਂ ਕਿਹੜਾ ਕਾਲਾ ਰੱਖ ਲਿਆ, ਜਿਹੜਾ ਮਰਜ਼ੀ ਕਾਲਾ ਰੱਖ ਲਓ, ਜਿਹੜਾ ਵਧੀਆ ਬੰਦਾ ਉਹਨੇ ਵਧੀਆ ਹੀ ਕੰਮ ਕਰਨਾ ਹੈ।
ਤੇ ਬਹੁਤ ਅੱਛਾ, ਇੱਦਾਂ ਨਹੀਂ ਹੈਗਾ ਵੀ ਕੋਈ ਸੁਰ ਦੇ ਵਿੱਚ ਕਮੀ ਆ ਜਾਂ ਕੁਛ ਇੱਦਾਂ ਦਾ ਸੀਨ ਨਹੀਂ ਹੈਗਾ। ਜਿੰਨਾ ਵੀ ਸੁਣਿਆ ਬਹੁਤ ਸੋਹਣਾ, ਬਹੁਤ ਸੁਰੀਲਾ ਭਰਾ ਨੇ ਅੱਤ ਕਰਾਤੀ ਆ, ਮੇਲਾ ਲੁੱਟ ਲਿਆ ਵੀਰ ਨੇ। ਤਾੜੀਆਂ ਜ਼ੋਰਦਾਰ ਮਾਰੋ ਯਾਰ, ਜੋ ਸੱਚਾਈ ਆ। ਇੱਕ ਦੇਖੋ, ਇੱਕ ਮੈਂ ਗੱਲ ਕਰਦਾ ਹੁੰਦਾ ਵੀ ਅੱਲਾ ਪਾਕ ਜਿਹਨੂੰ ਇੱਜ਼ਤ ਦਿੰਦਾ ਆ ਉਹਨੂੰ ਇੱਜ਼ਤ ਦੇਣੀ ਚਾਹੀਦੀ ਹੈ। ਹੁਣ ਅੱਲਾ ਪਾਕ ਜਿਹੜੇ ਬੰਦੇ ਨੂੰ ਇੱਜ਼ਤ ਦਿੰਦਾ ਆ ਤੇ ਆਪਾਂ ਨਹੀਂ ਦਿੰਦੇ, ਫਿਰ ਇਹਦਾ ਮਤਲਬ ਇਹ ਆ ਕਿ ਆਪਾਂ ਅੱਲਾ ਤੋਂ ਵੱਡੇ ਹੋ ਗਏ। ਸੋ ਇਸ ਕਰਕੇ ਜਿਹੜੇ ਬੰਦੇ ਨੂੰ ਅੱਲਾ ਪਾਕ ਨੇ ਇੱਜ਼ਤ ਦਿੱਤੀ ਆ ਉਹਨੂੰ ਇੱਜ਼ਤ ਵੀ ਦੇਣੀ ਚਾਹੀਦੀ ਹੈ, ਉਹਦਾ ਮਾਣ ਵੀ ਕਰਨਾ ਚਾਹੀਦਾ, ਉਹਦੀ ਹੌਸਲਾ ਅਫਜ਼ਾਈ ਵੀ ਕਰਨੀ ਚਾਹੀਦੀ ਹੈ। ਅਸੀਂ ਤਾਂ ਚਲੋ ਇੱਥੇ ਘਰਦੇ ਹਾਂ ਸਾਰੇ, ਅਤੇ ਪਰ ਅਸੀਂ ਤਾਂ ਹਰ ਸਾਲ ਆਉਂਦੇ ਹਾਂ ਭਰਾ। ਪਹਿਲੀ ਵਾਰੀ ਆਇਆ ਅਤੇ ਮੈਨੂੰ ਬੜਾ ਚੰਗਾ ਲੱਗਿਆ ਗੁਲਾਬ ਵੀਰੇ। ਅੱਲਾ ਬਹੁਤ ਬਹੁਤ ਤੰਦਰੁਸਤੀਆਂ ਦੇਵੇ, ਬੇਬੇ ਬਾਪੂ ਨੂੰ ਹਮੇਸ਼ਾ ਤੰਦਰੁਸਤੀ ਦੇਵੇ। ਜ਼ੋਰਦਾਰ ਤਾੜੀਆਂ ਮਾਰ ਕੇ ਦੱਸੋ ਜਰਾ, ਕਿਆ ਬਾਤ ਹੈ, ਕਿਆ ਬਾਤ ਹੈ, ਸ਼ਾਗ ਹੈ, ਸ਼ਾਗ ਹੈ। ਖਾਨ ਵੀਰੇ, ਗਾਉਣਾ ਇੱਕ ਮੈਟਰ ਵੱਖਰਾ ਹੈ, ਉਸ ਤੋਂ ਪਹਿਲਾਂ ਇਨਸਾਨ ਚੰਗੇ ਹੋਣਾ ਉਹ ਬਹੁਤ ਵੱਡੀ ਗੱਲ ਹੈ, ਤੋ ਬਾਕੀ ਦੇਖਣ ਵਿੱਚ ਵੀ ਮਿਲੀ ਹੈ। ਸੋ ਗਾਇਕੀ ਤਾਂ ਕਮਾਲ ਦੀ, ਕਿਉਂਕਿ ਹਰ ਕਲਾਕਾਰ ਦਾ ਆਪੋ ਆਪਣਾ ਰੰਗ ਹੁੰਦਾ, ਹਰ ਫੁੱਲ ਦੀ ਆਪਣੀ ਮਹਿਕ ਹੁੰਦੀ ਹੈ ਜਿਵੇਂ ਬਜ਼ੁਰਗ ਕਹਿੰਦੇ ਹੈ। ਸੋ ਗੁਲਾਬ ਵੀਰੇ ਨੇ ਬਾਕੀ ਰੰਗ ਬੰਨ ਦਿੱਤਾ ਹੈ ਔਰ ਮੈਂ ਨਾਲ ਬਹੁਤ ਧੰਨਵਾਦ ਕਰੂੰਗਾ। ਸੋ ਹੁਣ ਇੱਕ ਬੇਨਤੀ ਹੈ ਕਿ ਫੋਟੋਆਂ ਨਾ ਕਰਾਇਓ, ਜਿਵੇਂ ਗੁਲਾਬ ਵੀਰੇ ਨੇ ਕਿਹਾ ਸੀ ਕਿ ਮਗਰ ਦੌੜ ਦੌੜ ਕੇ ਫੋਟੋਆਂ ਕਰਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਇਹ ਗੱਲ ਬਿਲਕੁਲ ਸਹੀ ਹੈ, ਪਰ ਫਿਰ ਵੀ ਹਰ ਕਲਾਕਾਰ ਦੇ ਬਹੁਤ ਸਾਰੇ ਫੈਨ ਹੁੰਦੇ, ਉਹਨਾਂ ਦਿਲ ਵਿੱਚ ਇੱਛਾ ਹੁੰਦੀ ਹੈ ਕਿ ਅਸੀਂ ਉਹਦੇ ਨਾਲ ਫੋਟੋ ਜ਼ਰੂਰ ਕਰਾਈਏ। ਸੋ ਨਾਲ ਜਿੱਥੇ ਗੁਲਾਬ ਸਿੱਧੂ ਜੀ ਉਹਨਾਂ ਦਾ ਜ਼ਿਕਰ ਹੋ ਰਿਹਾ, ਉੱਥੇ ਸਿੱਧੂ ਮੂਸੇਵਾਲਾ ਬਾਈ ਜੀ, ਉਹਨਾਂ ਦਾ ਬਹੁਤ ਪਿਆਰਾ ਟੈਟੂ ਬਣਾਇਆ, ਦਿਲ ਵਿੱਚ ਯਾਦ ਬਣਾ ਕੇ ਰੱਖੀ। ਇੱਕ ਵਾਰ ਜ਼ੋਰਦਾਰ ਤਾੜੀਆਂ ਬਾਈ ਸਿੱਧੂ ਮੂਸੇਵਾਲਾ, ਉਹਨਾਂ ਲਈ ਜ਼ੋਰਦਾਰ ਤਾੜੀਆਂ ਵਜਾ ਦਿਓ ਜਿਹੜੇ ਪਿਆਰ ਕਰਦੇ ਹੈ। ਸੋ ਉਹ ਹਮੇਸ਼ਾ ਆਪਣੀ ਬਾਂਹ 'ਤੇ ਉਹਨਾਂ ਦਾ ਬਾਕੀ ਸਕੈਚ ਬਣਵਾ ਲੈਂਦੇ ਆ। ਮੈਂ ਬਾਈ ਜੀ ਦਾ ਬਹੁਤ ਧੰਨਵਾਦ ਕਰਦਾ, ਥੈਂਕ ਯੂ ਵੀਰੇ। ਉਹ ਨਾਲ ਸਾਡੇ ਮੰਗੀ ਖਾਨ ਨੇ, ਖਾਨ ਸਾਹਿਬ ਉਹਨਾਂ ਦਾ ਆਪਣਾ ਇਹ ਫੈਨ ਹੈ ਨਾ, ਸਾਰੇ ਪਿਆਰ ਹੈ, ਬਾਕੀ ਪਿਆਰ ਦਿਲ ਵਿੱਚ ਹੁੰਦਾ। ਸੋ ਖਾਨ ਵੀਰਾ ਬਹੁਤ ਪਿਆਰਾ, ਸਾਡਾ ਦਿਲੋਂ ਬਹੁਤ ਅਮੀਰ ਹੈ, ਅਤੇ ਚੰਗੀ ਗੱਲ ਹੈ ਕਿ ਸਾਨੂੰ ਇਹੋ ਜਿਹੇ ਭਰਾ ਮਿਲੇ ਹੋਏ ਹੈ, ਜਦੋਂ ਜਦੋਂ ਇਹਨਾਂ ਨਾਲ ਹਮੇਸ਼ਾ ਜਾਈਦਾ। ਅਤੇ ਨਾਲ ਹੁਣ ਮੈਂ ਬੇਨਤੀ ਕਰੂੰਗਾ ਪਿਆਰ ਨਾਲ ਬੈਠ ਜਾਓ, ਕਿਉਂਕਿ ਇਸ ਤੋਂ ਬਾਅਦ ਹੁਣ ਰਮੇ ਰਾਜ ਜੀ ਉਹਨਾਂ ਦਾ ਪੂਰਾ ਗਰੁੱਪ ਸਾਜ ਰਿਹਾ। ਮੈਂ ਬੇਨਤੀ ਕਰੂੰਗਾ ਨਾਲ JP ਲਾਈਵ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਬਈ। ਸੋ ਥੈਂਕ ਯੂ ਉਹਨਾਂ ਦਾ। ਮੰਗੀ ਕਿੱਥੇ ਚੱਲੇ? ਸੋ ਕਿਉਂਕਿ ਦਾਤਾ ਜੀ ਦਾ ਮੇਲਾ ਵੀ ਆ ਰਿਹਾ, ਰੋਮੇ ਰਾਜ ਸਾਡਾ ਪਿਆਰਾ ਵੀਰ ਹੈ, ਜਿੱਥੇ ਇਹਨਾਂ ਦੀ ਬਹੁਤ ਵੱਡੀ ਸੇਵਾ ਲੱਗੀ ਹੁੰਦੀ ਹੈ, ਬਾਬਾ ਮਹਾਰਾਜ ਸਰਕਾਰ ਉਹਨਾਂ ਦਾ ਉਰਸ ਆ ਰਿਹਾ। ਥੈਂਕ ਯੂ ਸਾਰਿਆਂ ਦਾ, ਬਹੁਤ ਬਹੁਤ ਸ਼ੁਕਰੀਆ। ਇੱਕ ਵਾਰ ਮੇਲੇ ਦੀ ਖੁਸ਼ੀ ਲਈ ਜ਼ੋਰਦਾਰ ਤਾੜੀਆਂ ਵਜਾ ਦਿਓ। ਹਰ ਰੋਜ਼ ਮੇਲੇ, ਹੁਣ ਮੇਲਿਆਂ ਤੋਂ ਬਾਅਦ ਜਗਰਾਤੇ ਸ਼ੁਰੂ ਹੈ, ਮੁਕੇਸ਼ ਸਿਨਹਾ ਜੀ ਜਾਗਰਣ ਤੋਂ ਬਾਅਦ ਫਿਰ ਇੱਥੇ ਆਉਣਗੇ। ਇਹ ਬੜੀ ਵੱਡੀ ਗੱਲ ਹੈ ਕਿ ਸਾਨੂੰ ਫਕੀਰਾਂ ਨੇ ਬਹੁਤ ਸਾਰੀਆਂ ਰਹਿਮਤਾਂ ਦਿੱਤੀਆਂ ਹੋਈਆਂ, ਮਹਾਮਾਈ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਦਾ ਜਿੱਥੇ ਜਿੱਥੇ ਵੀ ਜਾਈਦਾ। ਸੋ ਬਾਕੀ ਗੱਲ ਇਹ ਹੈ ਵੀਰੇ, ਇੱਕ ਸੱਚਾਈ ਜ਼ਰੂਰ ਹੈ ਕਿ ਅੱਜ ਦੀ ਸਮੇਂ ਦੇ ਵਿੱਚ ਹਰ ਬੰਦੇ ਨੂੰ ਆਪਣੀ ਬਾਲ ਕੇ ਸੇਕਣੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ ਹਰ ਬੰਦੇ ਨੂੰ। ਕੋਈ ਕਿਸੇ ਦੀ ਸਪੋਰਟ ਨਹੀਂ ਕਰਦਾ, ਜਿਹੜੇ ਕਰਦੇ ਆ ਉਹਨਾਂ ਦਾ ਥੈਂਕਸ ਜ਼ਰੂਰ ਕਰਿਆ ਕਰੋ, ਉਹਨਾਂ ਨੂੰ ਕਦੀ ਇਗਨੋਰ ਨਾ ਕਰਿਆ ਕਰੋ ਜਿਹੜੇ ਤੁਹਾਨੂੰ ਸਪੋਰਟ ਕਰਦੇ ਆ। ਸੋ ਬਾਕੀ ਅੱਲਾ ਪਾਕ ਨੇ ਜੋ ਕਿਸੇ ਨੂੰ ਵੀ ਨਵਾਜ਼ਿਆ ਉਹਦੀ ਮਰਜ਼ੀ ਹੈ, ਜਿੰਨੀ ਵੀ ਕਿਸੇ ਦੀ ਹੈਸੀਅਤ ਹੈ, ਜਿੰਨੀ ਵੀ ਕਿਸੇ ਦੀ ਨੀਅਤ ਭਾਵਨਾ, ਉਸ ਹਿਸਾਬ ਦੇ ਨਾਲ ਅੱਲਾ ਪਾਕ ਨਵਾਜ਼ਦਾ ਹੈ। ਸੋ ਮੈਂ ਮਾਨੀ ਨੂੰ ਇੱਕ ਵਾਰ ਬਹੁਤ ਬਹੁਤ ਮੁਬਾਰਕਾਂ ਦਿੰਦਾ, ਸਾਡੇ ਸੋਨੂੰ ਬਾਬਾ ਜੀ ਬੈਠੇ ਹੈ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਆਓ ਰੋਮੇ ਰਾਜ ਜੀ ਉਹਨਾਂ ਦਾ ਗਰੁੱਪ ਸਾਜ ਰਿਹਾ, ਤਦ ਤੱਕ ਆਪਣੀਆਂ ਪਿਆਰੀਆਂ ਗੱਲਾਂ ਦੇ ਨਾਲ ਆਸ਼ੂ ਚੋਪੜਾ ਜੀ। ਇੱਕ ਵਾਰੀ ਸਾਰੇ ਹੀ
ਗੁਲਾਬ ਸਿੱਧੂ ਮੇਰੇ ਛੋਟੇ ਵੀਰ ਦੇ ਲਈ ਤਾਲੀਆਂ ਵਜਾ ਦਿਓ, ਬਹੁਤ ਸੋਹਣੀ ਹਾਜ਼ਰੀ ਜਿਨ੍ਹਾਂ ਦੀ ਹੋਈ। ਔਰ ਖਾਨ ਸਾਹਿਬ ਜੀ, ਐਸਾ ਮੌਸੀਕੀ ਦਾ ਆਲਮ, ਮਾਲਕ ਦਾ ਇੰਨਾ ਕਰਮ ਹੈ ਤੁਹਾਡੇ 'ਤੇ, ਬਸ ਇਹ ਰਹੇ ਦੁਨੀਆਂ ਦੇ ਵਿੱਚ, ਇਸੇ ਤਰ੍ਹਾਂ ਤੁਸੀਂ ਗੂੰਜਦੇ ਰਹੋ ਸਾਰੇ। ਔਰ ਰੋਬਿਨ ਰਾਜੀ ਜੀ, ਉਹਨਾਂ ਦਾ ਮੁਬਾਰਕ ਸਮਾਂ, ਉਹਨਾਂ ਨੂੰ ਇਸਤਕਬਾਲ ਕਹਿੰਦੇ ਹਾਂ ਜੀ ਆਇਆਂ ਨੂੰ। ਬਈ ਜਿਹੜੇ ਜਿਹੜੇ ਬਾਬਾ ਜੀ ਨੂੰ ਪਿਆਰ ਕਰਦੇ ਨੇ, ਹੁਣ ਉਹ ਤਾਲੀ ਮਾਰ ਕੇ ਸਬੂਤ ਦੇ ਦਿਓ। ਆਹ ਦੇਖੋ, ਬਸ ਇਹਨੂੰ ਕੋਈ ਪਿਆਰ ਕਰਦੇ ਨੇ, ਆਏ ਤੁਸੀਂ ਕਿਹਨਾਂ ਦੀ ਜਗ੍ਹਾ 'ਤੇ। ਇਹ ਸ਼ਾਮ 84 ਘਰਾਨਾ ਹੈ, ਇੱਕ ਵਾਰੀ ਖੁੱਲ੍ਹ ਕੇ ਤਾਲੀਆਂ ਵਜਾ ਦਿਓ ਜਿਹਨਾਂ ਦਾ ਕਰਮ ਇਸ ਨੇੜੇ ਤੇੜੇ ਨਗਰੀ ਦੇ ਵਿੱਚ, ਇਸ ਨਗਰੀ ਦੇ ਵਿੱਚ ਬਹੁਤ ਵੱਡਾ ਆਸ਼ੀਰਵਾਦ। ਸੁਣਾਵਾਂ, ਤੁਸੀਂ ਸਾਰੇ ਬੈਠੇ ਹੋ ਤਾਂ ਫਿਰ ਮੈਨੂੰ ਵੀ ਗੱਲਾਂ ਆਉਂਦੀਆਂ, ਬਿਲਕੁਲ ਸੁਣਾਉਂਗੀ। ਇੱਕ ਅੰਜੁਮ ਸਲੀਮੀ ਖਾਨ ਸਾਹਿਬ ਜੀ ਦਾ ਲਿਖਿਆ ਹੈ, ਪਾਕਿਸਤਾਨ ਦੀ ਕੌਮ ਦਾ ਕਲਮ ਹੈ, ਕਿ ਆਪਣੀ ਸੰਗਤ ਦੇ ਨਿੱਕ ਅੰਦਰ ਦੋ ਦਿਨ ਹਾਸਾ ਕਰਕੇ, ਆਪਣੀ ਸੰਗਤ ਦੇ ਨਿੱਕ ਅੰਦਰ ਦੋ ਦਿਨ ਹਾਸਾ ਕਰਕੇ, ਤੂੰ ਵੀ ਸਾਨੂੰ ਛੱਡ ਚੱਲਿਆ ਏ ਹੋਰ ਉਦਾਸਾ ਕਰਕੇ। ਇਹ ਵੇਲਾ ਵੀ ਆਉਣਾ ਪਰ ਇਹ ਵੇਲਾ ਕਦੇ ਨਾ ਆਵੇ, ਇਹ ਵੇਲਾ ਵੀ ਆਉਣਾ ਪਰ ਇਹ ਵੇਲਾ ਕਦੇ ਨਾ ਆਵੇ, ਲੰਘਿਆ ਕਰਨਾ ਜਦ ਇੱਕ ਦੂਜੇ ਕੋਲੋਂ ਪਾਸਾ ਕਰਕੇ। ਮੈਂ ਗਿਰਜਾ ਦੇ ਕੋਲੋਂ ਆਪਣਾ ਆਪ ਬਚਾ ਕੇ ਅੰਜੁਮ ਕੋਈ ਚਿੜੀਆਂ ਅੱਗੇ ਪਾ ਦਿੱਤਾ ਹੈ ਮਾਸਾ ਮਾਸਾ ਕਰਕੇ। ਐਸੀ ਚੋਗ ਖਿਲਾਰਦੇ ਨੇ ਸਾਡੇ ਇਹ ਕਲਾਕਾਰ, ਇਹ ਫਨਕਾਰ, ਕਿ ਜ਼ਖਮ ਇੰਨੇ ਗਹਿਰੇ ਸੀ ਇਜ਼ਹਾਰ ਕੀ ਕਰੀਏ, ਜ਼ਖਮ ਇੰਨੇ ਗਹਿਰੇ ਸੀ ਇਜ਼ਹਾਰ ਕੀ ਕਰੀਏ, ਅਸੀਂ ਖੁਦ ਨਿਸ਼ਾਨਾ ਬਣ ਗਏ ਹੁਣ ਵਾਰ ਕੀ ਕਰੀਏ, ਦਿਲ ਕੱਢ ਕੇ ਰੱਖ ਦਿੱਤਾ ਹੈ ਤੇਰੇ ਕਦਮਾਂ ਵਿੱਚ, ਹੁਣ ਤੂੰ ਹੀ ਦੱਸ ਇਸ ਤੋਂ ਵੱਧ ਤੇਰਾ ਸਤਿਕਾਰ ਕੀ ਕਰੀਏ। ਜਦੋਂ ਉਸਨੂੰ ਸਰੈਂਡਰ ਕਰ ਦਿਓ ਫਿਰ ਪਿੱਛੇ ਕੁਝ ਨਹੀਂ ਰਹਿ ਜਾਂਦਾ। ਸੋ ਖਾਨ ਸਾਹਿਬ ਜੀ ਦਾ ਜਿਹੜਾ ਉਰਸ ਹੋਇਆ, ਮੇਰੇ ਵੱਲੋਂ ਵੀ ਬਹੁਤ ਸਾਰੀਆਂ ਮੁਬਾਰਕਾਂ। ਖਾਨ ਸਾਹਿਬ ਜੀ ਦਾ ਇੱਕ ਗਾਇਆ ਹੋਇਆ ਬਹੁਤ ਸੋਹਣਾ ਗੀਤ ਸੀ, ਜਦੋਂ ਉਹ ਆਪ ਤਨਹਾ ਹੋ ਗਏ ਸੀ, ਤੁਹਾਨੂੰ ਪਤਾ ਉਹ ਕੀ ਰੀਜ਼ਨ ਸੀ, ਉਹ ਅਸੀਂ ਦੱਸਣਾ ਨਹੀਂ ਚਾਹੁੰਦੇ। ਉਹ ਗਾਇਆ ਸੀ ਉਦੋਂ, ਯਾਰਾਂ ਦੇ ਨਾਲ ਯਾਰ ਬਦਲਦੇ ਵੇਖੇ ਨੇ, ਬੜੇ ਬੜੇ ਗਮਕਾਰ ਬਦਲਦੇ ਵੇਖੇ ਨੇ। ਸੋ ਐਸਾ ਐਸਾ ਗਾ ਗਏ, ਜਿੱਥੇ ਮਰਜ਼ੀ ਉਸ ਸਕੂਨ ਨੂੰ ਸੁਣ ਲਓ। ਉਸ ਸਾਧ ਨੂੰ ਸਤ ਫਤਿਹ ਅਲੀ ਖਾਨ ਸਾਹਿਬ, ਇੱਕ ਵਾਰੀ ਪੁਰਜ਼ੋਰ ਤਾਲੀਆਂ ਵਜਾ ਦਿਓ ਉਹਨਾਂ ਦੇ ਲਈ, ਖੁੱਲ ਕੇ ਤਾਲੀਆਂ ਵਜਾ ਦਿਓ। ਸੋ ਹੁਣ ਜਿਹਨਾਂ ਦੀ ਹਾਜ਼ਰੀ ਹੈ ਇੱਧਰ, ਸਾਡੇ ਮਿਊਜ਼ੀਸ਼ੀਅਨ ਸਾਹਿਬਾਨ ਸੁਰ ਸੁਰ 'ਚ ਹੋ ਜਾਏ ਇਹ ਸੁਰੀਲੇ ਸਾਜ਼, ਔਰ ਉਸ ਤੋਂ ਬਾਅਦ ਉਸ ਮੁਬਾਰਕ ਹਾਜ਼ਰੀ ਨੂੰ ਮੈਂ ਮੰਚ 'ਤੇ ਸੱਦਾ ਦੇਵਾਂਗੀ। ਔਰ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ। ਮੈਂ ਆਪਣੀਆਂ ਭੈਣਾਂ ਹਸ਼ਮਤ ਸੁਲਤਾਨਾ ਜੀ, ਕੈਫ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹਨੇ ਬਹੁਤ ਸਾਰੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ। ਸੋ ਹੁਣ ਜਿਹਨਾਂ ਦੀ ਹਾਜ਼ਰੀ, ਸਾਰਿਆਂ ਨੇ ਬੈਠ ਕੇ ਇਸ ਪਿਆਰੀ ਹਾਜ਼ਰੀ ਨੂੰ ਸੁਣਨਾ, ਤੁਸੀਂ ਬੈਲੈਂਸ ਕਰ ਲਓ, ਉਸ ਤੋਂ ਬਾਅਦ ਉਸ ਮੁਬਾਰਕ ਹਾਜ਼ਰੀ ਨੂੰ ਬੁਲਾਈਏ। ਥੈਂਕ ਯੂ।
ਸਾਊਂਡ ਵਾਲਿਆਂ ਨੂੰ ਗੁਜ਼ਾਰਿਸ਼ ਕਰੂੰਗੀ, ਜਿਹੜੀ ਇਹ ਬਕਸੇ ਇਹਨਾਂ ਨੂੰ ਤੁਸੀਂ ਸਾਈਡ 'ਤੇ ਕਰੋ, ਠੀਕ ਹੈ ਜੀ। ਗੜਬੜ ਹੋ ਜਾ ਉਹ ਮੈਨੂੰ ਪੈਂਦੇ ਆ ਕਿ ਜਿਨ੍ਹਾਂ ਨੇ ਪੱਖਿਆਂ ਦੀ ਇੱਥੇ ਡਿਊਟੀ ਲਿੱਤੀ ਹੈ ਉਹਨਾਂ ਨੂੰ ਸਟੇਜ ਦੇ ਕੋਲ ਬੁਲਾਇਆ ਜਾ ਰਿਹਾ, ਪੱਖਿਆਂ ਵਾਲਿਆਂ ਨੂੰ ਸਟੇਜ ਕੋਲ ਬੁਲਾਇਆ ਜਾ ਰਿਹਾ, ਤੁਸੀਂ ਆ ਜਾਓ ਇੱਧਰ, ਬੈਲੈਂਸ ਹੋ ਜਾਏ ਵੀਰ। ਬਹੁਤ ਸੋਹਣੀਆਂ ਲਾਈਨਾਂ ਨੇ, ਕਹਿੰਦੇ ਇਸ ਜੀਵਨ ਕੀ ਚਾਦਰ ਪੇ ਸਾਸੋ ਕੇ ਤਾਨੇ ਬਾਨੇ ਹੈ, ਇਸ ਜੀਵਨ ਕੀ ਚਾਦਰ ਪੇ ਸਾਸੋ ਕੇ ਤਾਨੇ ਬਾਨੇ ਹੈ, ਦੁੱਖ ਕੀ ਥੋੜੀ ਸਲਵਟ ਹੈ ਸੁੱਕੇ ਫੁੱਲ ਸੁਹਾਨੇ ਹੈ, ਦੁੱਖ ਕੀ ਥੋੜੀ ਸਲਵਟ ਹੈ ਸੁੱਖ ਕੇ ਫੁੱਲ ਸੁਹਾਨੇ ਹੈ, ਕਿਉਂ ਸੋਚੇ ਕੱਲ ਕਿਆ ਹੋਗਾ, ਕਿਉਂ ਸੋਚੇ ਆਗੇ ਕਿਆ ਹੋਗਾ, ਕੱਲ ਕੇ ਕੌਣ ਠਿਕਾਨੇ ਹੈ, ਅਰੇ ਉੱਪਰ ਬੈਠਾ ਵੋ ਬਾਜੀਗਰ ਜਾਨੇ ਕਿਆ ਮਨ ਮੇ ਠਾਨੇ ਹੈ, ਚਾਹੇ ਜਿਤਨਾ ਜਤਨ ਤੂੰ ਕਰ ਲੇ ਭਰਨੇ ਝੋਲੀ ਤਾਰੋ ਸੇ, ਚਾਹੇ ਜਿਤਨਾ ਜਤਨ ਤੂੰ ਕਰ ਲੇ ਭਰਨੇ ਝੋਲੀ ਤਾਰੋ ਸੇ, ਆਏਂਗੇ ਵਹੀ ਤੇਰੀ ਝੋਲੀ ਮੇ ਜੋ ਤੇਰੇ ਨਾਮ ਕੇ ਦਾਨੇ ਹੈ, ਕਿਉਂਕਿ ਇਹ ਸ਼ਿਵ ਸ਼ੰਕਰ ਮਹਾਰਾਜ ਇਹ ਉਹਨਾਂ ਨੂੰ ਸਮਰਪਿਤ ਹੈ। ਇੱਕ ਵਾਰੀ ਭੋਲੇ ਬਾਬਾ ਦੇ ਨਾਮ 'ਤੇ ਤਾਲੀਆਂ ਵਜਾ ਦਿਓ ਜਿਨ੍ਹਾਂ ਨੇ ਸ਼ਮਸ਼ਾਨ ਦੀ ਸੱਚੀ ਡਿਊਟੀ ਲਿੱਤੀ ਹੈ, ਬਾਕੀ ਦਾ ਪਤਾ ਨਹੀਂ, ਕਿਉਂਕਿ ਸ਼ਮਸ਼ਾਨ ਦਾ ਵਾਲੀ ਹੈ ਜਿੱਥੇ ਸਾਰਿਆਂ ਨੇ ਹੀ ਜਾਣਾ। ਸੋ ਸ਼ਿਵ ਸ਼ੰਕਰ ਮਹਾਰਾਜ ਸਾਡੇ ਸਾਰਿਆਂ 'ਤੇ ਆਪਣਾ ਕਿਰਪਾ ਬਣਾਏ ਰੱਖਣ। ਮੈਂ ਫਿਰ ਤੋਂ ਕਹਿ ਦਿਆਂ, ਪੱਖਿਆਂ ਦੀ ਜਿਨ੍ਹਾਂ ਨੇ ਡਿਊਟੀ ਲਿੱਤੀ ਹੈ ਪਲੀਜ਼ ਸਟੇਜ ਦੇ ਕੋਲ ਆ ਜਾਓ, ਇਲੈਕਟ੍ਰੀਸ਼ਨ ਜਿਨ੍ਹਾਂ ਨੇ ਵੀ ਜਿਹੜੇ ਪੱਖੇ ਲਗਾਏ ਨੇ ਪਲੀਜ਼ ਇੱਥੇ ਸਟੇਜ ਕੋਲ ਆ ਜਾਓ, ਤੁਹਾਡੀ ਬੜੀ ਮਿਹਰਬਾਨੀ ਹੋਏਗੀ ਸਾਰਿਆਂ ਦੀ। ਕਿ ਪਾਣੀ 'ਚ ਬਹਿ ਕੇ ਹਵਾ ਲੱਭਦਾ ਰਿਹਾ, ਇੱਕ ਬੇਵਫਾ 'ਚੋਂ ਹਯਾ ਲੱਭਦਾ ਰਿਹਾ, ਪਾਣੀ 'ਚ ਬਹਿ ਕੇ ਹਵਾ ਲੱਭਦਾ ਰਿਹਾ, ਇੱਕ ਬੇਵਫਾ 'ਚੋਂ ਵਫਾ ਲੱਭਦਾ ਰਿਹਾ, ਹੱਥੀ ਤਰਾਸ਼ਿਆ ਸੀ ਜਿਸ ਪੱਥਰ ਦੇ ਬੁੱਤ ਨੂੰ ਮੈਂ, ਹੱਥੀ ਤਰਾਸ਼ਿਆ ਸੀ ਜਿਸ ਪੱਥਰ ਦੇ ਬੁੱਤ ਨੂੰ ਮੈਂ, ਉਸ ਪੱਥਰ ਦੇ ਬੁੱਤ 'ਚੋਂ ਖੁਦਾ ਲੱਭਦਾ ਰਿਹਾ, ਤਾਰ ਤਾਰ ਕੀਤਾ ਜਿਹਨੇ ਆਪਣੀ ਰੂਹ ਦਾ ਲਿਬਾਸ, ਤਾਰ ਤਾਰ ਕੀਤਾ ਜਿਹਨੇ ਆਪਣੀ ਰੂਹ ਦਾ ਲਿਬਾਸ,
ਉਸ ਨੰਗੇ ਬਦਨ ਚੋਂ ਹਯਾ ਲੱਭਦਾ ਰਿਹਾ। ਸੋ ਉਹ ਨੰਗਾ ਭੇਜਦਾ ਤੇ ਨੰਗਾ ਹੀ ਲੈ ਜਾਂਦਾ। ਮਸਲਾ ਜੋੜਨ ਨਾਲ ਨਹੀਂ ਮੁੱਕਣਾ, ਯਾਦ ਰੱਖਿਓ, ਕਿਉਂਕਿ ਇਹ ਕੁਝ ਸੱਚੀਆਂ ਗੱਲਾਂ ਨੇ। ਜਦੋਂ ਖਾਨ ਸਾਹਿਬ ਲੋਕ ਬੈਠੇ ਹੋਣ ਫਿਰ ਹੀ ਅੰਦਰੋਂ ਨਿਕਲਦੀਆਂ, ਉਦਾਂ ਤਾਂ ਫਿਰ ਆਪਾਂ ਵੀ ਉਹਨਾਂ ਕੋਈ ਕੰਮ ਕਰੀਦਾ, ਕਿਉਂਕਿ ਅੱਜ ਦਰਬਾਰ ਦੇ ਵਿੱਚ ਸਾਡੀਆਂ ਵੀ ਹਾਜ਼ਰੀਆਂ। ਮੈਂ ਵੀ ਪਹਿਲੀ ਵਾਰ ਆਈ ਹਾਂ ਸਰਕਾਰ, ਜੇਕਰ ਗਲਤੀ ਹੋ ਜਾਏ ਤਾਂ ਭਾਈ ਮਾਫ਼ ਕਰ ਦਿਓ। ਸੋ ਕਿਉਂਕਿ ਕੋਸ਼ਿਸ਼ ਕਰਦੀ ਹਾਂ ਸੋਚ ਕੇ ਸਮਝ ਕੇ ਕੁਛ ਬੋਲਣ ਦੀ। ਅਗਲੀ ਹਾਜ਼ਰੀ ਬਿਲਕੁਲ ਤਿਆਰ, ਇੱਧਰ ਬੈਲੈਂਸ ਹੋ ਰਿਹਾ, ਉਨਾ ਕੋਈ ਟਾਈਮ ਮੈਂ ਲੈ ਰਹੀ ਹਾਂ ਜਦ ਤੱਕ ਬੈਲੈਂਸ ਨਹੀਂ ਹੋ ਰਿਹਾ, ਔਰ ਉਨੀ ਕੁ ਦੇਰ ਹੀ ਮੈਂ ਆਪਣੀਆਂ ਗੱਲਾਂ ਕੁਝ ਜਿਹੜੀ ਸ਼ੇਰੋ ਸ਼ਾਇਰੀ ਉਸ ਦੇ ਨਾਲ ਤੁਹਾਡੇ ਸਾਹਮਣੇ ਰੱਖਦੀ ਹਾਂ। ਸਰਕਾਰਾਂ ਸਾਡੇ ਸਭਨਾਂ ਦੀਆਂ ਹਾਜ਼ਰੀਆਂ ਕਬੂਲ ਕਰਨ। ਵੀਰ ਵੋ ਗਿਆ ਤਾਂ ਫਿਰ ਲੋਟ ਕੇ ਆਨਾ ਭੁੱਲ ਗਿਆ, ਵੋ ਗਿਆ ਤਾਂ ਫਿਰ ਲੋਟ ਕੇ ਆਨਾ ਭੁੱਲ ਗਿਆ, ਸ਼ਾਇਦ ਕੋਈ ਪਰਿੰਦਾ ਆਪਣਾ ਆਸ਼ੀਆਨਾ ਭੁੱਲ ਗਿਆ, ਸ਼ਾਇਦ ਕੋਈ ਪਰਿੰਦਾ ਆਪਣਾ ਆਸ਼ੀਆਨਾ ਭੁੱਲ ਗਿਆ, ਕਿਉਂਕਿ ਜਾਣ ਵਾਲੇ ਫਿਰ ਮੁੜ ਕੇ ਜਦੋਂ ਨਹੀਂ ਆਉਂਦੇ ਅੱਜ ਕੱਲ੍ਹ ਉਦਾਂ ਦਾ ਟਾਈਮ ਆ ਗਿਆ। ਕਿ ਵੋ ਗਿਆ ਤਾਂ ਫਿਰ ਲੋਟ ਕੇ ਆਨਾ ਭੁੱਲ ਗਿਆ, ਸ਼ਾਇਦ ਕੋਈ ਪਰਿੰਦਾ ਆਪਣਾ ਆਸ਼ੀਆਨਾ ਭੁੱਲ ਗਿਆ, ਕਿਸੀ ਸੇ ਮੁਹੱਬਤ ਨਾ ਹੋਤੀ ਤੋ ਅੱਛਾ ਹੋਤਾ, ਕਿਸੀ ਸੇ ਮੁਹੱਬਤ ਨਾ ਹੋਤੀ ਤੋ ਅੱਛਾ ਹੋਤਾ, ਕਿਉਂ? ਕਿਉਂਕਿ ਅੱਛਾ ਖਾਸਾ ਸ਼ਖਸ ਮੁਸਕੁਰਾਨਾ ਭੁੱਲ ਗਿਆ। ਇਹ ਮੁਹੱਬਤਾਂ ਦੇ ਚੱਕਰ ਨੇ, ਜਿਹਨਾਂ ਨੂੰ ਲੱਗਦੀ ਹੈ ਪਤਾ ਉਹਨਾਂ ਨੂੰ ਲੱਗਦਾ। ਸੋ ਆਓ ਉਸ ਖੂਬਸੂਰਤ ਹਾਜ਼ਰੀ ਨੂੰ ਮੰਚ 'ਤੇ ਸੱਦਾ ਦਈਏ। ਇੱਕ ਵਾਰੀ ਬਾਬਾ ਜੀ ਦੇ ਨਾਮ 'ਤੇ ਪੁਰਜ਼ੋਰ ਤਾਲੀਆਂ ਵਜਾਓ ਦੋ ਹੱਥ ਉੱਪਰ ਕਰਕੇ। ਸੋ ਇਹਨਾਂ ਜ਼ੋਰਦਾਰ ਤਾਲੀਆਂ ਦੇ ਵਿੱਚ ਰੋਬਿਨ ਰਾਜੀ ਜੀ, ਉਹਨਾਂ ਦਾ ਮੁਬਾਰਕ ਸਮਾਂ, ਮੈਂ ਉਹਨਾਂ ਨੂੰ ਮੰਚ 'ਤੇ ਸੱਦਾ ਦਿੰਦੀ ਹਾਂ। ਥੈਂਕ ਯੂ ਜੀ, ਥੈਂਕ ਯੂ। ਹਲੇ
ਕੀਬੋਰਡ ਥੋੜਾ ਲੱਗ ਕੇ ਦੇ ਦਿਓ ਉਹਨਾਂ ਚ ਦਾਤਾ ਸਰਕਾਰ ਦੀਆਂ ਕਦਮਾਂ 'ਚ ਹਾਜ਼ਰੀ, ਸਾਜੀ ਨਵਾਜੀ ਤਮਾਮ ਸੰਗਤ ਦੀਆਂ ਕਦਮਾਂ 'ਚ ਹਾਜ਼ਰੀ। ਮੇਲੇ ਦੀਆਂ ਤਮਾਮ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ। ਜਿਹਨਾਂ ਜਿਹਨਾਂ ਨੂੰ ਤਾਂ ਮੇਲੇ ਦਾ ਚਾਅ, ਸਿੱਧੇ ਹੱਥ ਖੜੇ ਕਰਕੇ ਤਾੜੀ ਮਾਰੋ ਜ਼ਰਾ ਜ਼ੋਰ ਦੇਣਾ, ਕਿਉਂਕਿ ਬਾਬਾ ਬੂਟੇ ਸ਼ਾਹ ਸਰਕਾਰ